ਯਸੂ ਮਸੀਹ ਅਸਮਾਨ ਨੂੰ ਛੱਡ ਕੇ ਜ਼ਮੀਨ 'ਤੇ ਉਹਨਾਂ ਨੇ ਡੇਰਾ ਲਾਇਆ ਸਾਡੇ ਪਾਪੀ ਔਰ ਗੁਨਾਹਗਾਰਾਂ ਦੀ ਖਾਤਰ, ਤਾਂ ਕਿ ਅਸੀਂ ਬਚਾਏ ਜਾ ਸਕੀਏ, ਅਸੀਂ ਪਾਪਾਂ ਦੀ ਕੈਦ ਤੋਂ ਛੁੱਟ ਸਕੀਏ, ਅਸੀਂ ਜੋ ਗੁਨਾਹ ਦੀ ਦਲਦਲ ਦੇ ਵਿੱਚ ਫਸੇ ਹੋਏ ਹਾਂ ਉਹਦੇ 'ਚ ਬਾਹਰ ਨਿਕਲ ਜਾਈਏ। ਕਿਉਂਕਿ ਯਸੂ ਮਸੀਹ ਦਾ ਜੋ ਮਿਸ਼ਨ ਆ ਉਹ ਖੋਏ ਹੋਇਆਂ ਨੂੰ ਲੱਭਣ ਅਤੇ ਉਹਨਾਂ ਦਾ ਉਧਾਰ ਕਰਨ ਲਈ, ਜਾਣੀ ਉਹਨਾਂ ਨੂੰ ਮੁਕਤੀ ਦੇਣ ਵਾਸਤੇ ਆਇਆ। ਅਤੇ ਇਹੋ ਹੀ ਕੰਮ ਜਿਹੜਾ ਆ ਉਹ ਪਾਦਰੀ ਸਾਹਿਬਾਨਾਂ ਦਾ ਹੈ, ਚਾਹੇ ਉਹ ਕਿਸੇ ਵੀ ਮਿਸ਼ਨ ਦੇ ਪਾਦਰੀ ਕਿਉਂ ਨਾ ਹੋਣ। ਖੁਦਾਵੰਦ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹੀ ਔਰ ਵੈਲਕਮ ਟੂ ਪ੍ਰੋਗਰਾਮ ਜੀ ਆਇਆਂ ਨੂੰ। ਮੇਰੀ ਉਮੀਦ ਹੈ ਕਿ ਤੁਸੀਂ ਖੁਸ਼ਹਾਲ ਵਿੱਚ ਹਨ। ਅੱਜ ਮੇਰੇ ਮਹਿਮਾਨ ਹੈ ਪਾਦਰੀ ਸੋਹਨ ਗਿੱਲ ਜੀ, ਔਰ ਜਿਹਨਾਂ ਨੂੰ ਮਿਲ ਕੇ ਤੁਸੀਂ ਸੁਣ ਕੇ ਬੜੀ ਬਰਕਤ ਪਾਓਗੇ, ਕਿਉਂਕਿ ਖੁਦਾ ਦੇ ਸ਼ਾਗਿਰਦ ਹੈਗੇ ਆ। ਪਾਦਰੀ ਸੋਹਨ ਗਿੱਲ ਜੀ ਸੇਵਾ ਕਰਦੇ ਹੈਗੇ ਲੈਂਗਲੀ ਵੈਸਟ ਮਿਡਲੈਂਡਸ ਵਿੱਚ ਔਰ ਸੈਵਨਥ ਡੇ ਐਡਵੈਂਟਿਸਟ ਦੇ ਮਿਨਿਸਟਰ। ਇਨ ਸ਼ੋਰਟ ਹੀ ਇਜ਼ ਅ ਸਰਵੈਂਟ ਆਫ ਗੋਡ ਐਂਡ ਅ ਪਾਸਟਰ। A pastor is an ordained leader of a Christian congregation. The word pastor is derived from the Latin word pastor, meaning shepherd. Sohan Gill ji, kis tarah eh seva karde hage khuda di kingdom nu vadhaun layi, ajj aapan inna naal gal kar rahe hain. Jai Masih ki Pai Sahib. Jai Masih ji Pai Sahib. ਬਹੁਤ ਬਹੁਤ ਮਿਹਰਬਾਨੀ ਜੀ, ਜਿਹੜਾ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਅਤੇ ਸਾਨੂੰ ਅੱਜ ਇੱਥੇ ਆਏ ਹੈਗੇ ਹਾਂ। ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿੰਦਾ ਹੈਗਾ ਕਿ ਆਪਾਂ ਛੋਟੀ ਜਿਹੀ ਦੁਆ ਕਰੀਏ, ਮੈਂ ਤੁਹਾਡੇ ਮੋਰੇ ਦਰਖਾਸਤ ਕਰਦਾ। ਆਈਏ ਅਸੀਂ ਪ੍ਰਾਰਥਨਾ ਕਰੀਏ। ਸਰਬ ਸ਼ਕਤੀਮਾਨ ਦਿਆਲੂ ਪਰਮੇਸ਼ਵਰ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਜਿੰਨੇ ਵੀ ਦਰਸ਼ਕ ਅੱਜ ਦੇ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹਨਾਂ ਸਭ ਦੇ ਉੱਤੇ ਤੇਰਾ ਰਹਿਮ, ਤੇਰਾ ਫਜ਼ਲ, ਤੇਰੀ ਦਾਇਆ, ਤੇਰੀ ਕਰਨਾ, ਤੇਰੀ ਕਿਰਪਾ ਹਮੇਸ਼ਾ ਤੱਕ ਬਣੀ ਰਹੇ। ਅੱਜ ਦਾ ਜੋ ਕਲਾਮ ਆ ਉਹ 30 ਗੁਣਾ, 60 ਗੁਣਾ, 100 ਗੁਣਾ ਫਲ ਲਿਆ ਹੈ। ਤਮਾਮ ਸੁਣਨ ਵਾਲਿਆਂ ਨੂੰ ਬੜੀ ਬਰਕਤ ਦੇ, ਯਸੂ ਦਾ ਨਾਂ ਲੈ ਕੇ ਮੰਗਦੇ ਹਾਂ। ਆਮੀਨ ਆਮੀਨ। ਭਾਈ ਸਾਹਿਬ, ਆਪਾਂ ਇੱਥੋਂ ਸ਼ੁਰੂ ਕਰਨਾ ਹੈਗਾ ਕਿ ਇੱਕ ਜਿਹੜਾ ਰੋਲ ਤੁਹਾਨੂੰ ਖੁਦਾ ਨੇ ਦਿੱਤਾ ਹੈਗਾ ਐਜ਼ ਅ ਪਾਸਟਰ, ਅਤੇ ਇਹ ਬਿਬਲੀਕਲੀ ਇਹਦੇ ਡੈਫੀਨੇਸ਼ਨ ਔਰ ਇਹਦੇ ਡਿਊਟੀਜ਼ ਐਜ਼ ਅ ਪਾਸਟਰ, ਤੁਸੀਂ ਕੀ ਕਰਦੇ ਹੈਗੇ ਅੱਜ, ਮੈਨੂੰ ਦੱਸੋ। ਭਾਈ ਸਾਹਿਬ, ਇਹ ਬੜੀ ਇਹ ਜਿਹੜੀ ਪਾਦਰੀ ਦਾ ਜੌਬ ਆ ਬੜਾ ਨੋਬਲ ਜੌਬ ਆ, ਇਹਦੇ ਵਿੱਚ ਪਰੇਸ਼ਾਨੀਆਂ ਵੀ ਬਹੁਤ ਆ, ਪਰ ਜਦੋਂ ਤੁਸੀਂ ਖੁਦਾ ਦੀ ਖਿਦਮਤ ਕਰਦੇ ਹੋ ਅਤੇ ਖੁਦਾ ਦੀ ਖਿਦਮਤ ਦੇ ਵਿੱਚ ਜੋ ਲੁਤਫ, ਜੋ ਨਜ਼ਾਰਾ ਆਉਂਦਾ ਆ, ਉਹਦਾ ਕੋਈ ਨਜ਼ਾਰਾ ਵੱਖਰਾ ਹੀ ਆ ਦੁਨੀਆ ਨਾਲੋਂ। ਅਤੇ ਇਹ ਵੀ ਇਹਦੇ ਵਿੱਚ ਅਸੀਂ ਜਿਹੜੇ ਪਾਦਰੀ ਲੋਕ ਹਾਂ, ਇਹਦੇ ਵਿੱਚ ਜਿਹੜਾ ਮੇਨ ਸਾਡਾ ਜੌਬ ਹੁੰਦਾ ਆ, ਉਹਦੇ ਵਿੱਚ ਸਰਮਨ ਤਿਆਰ ਕਰਨੇ, ਬਾਈਬਲ ਸਟੱਡੀਆਂ ਤਿਆਰ ਕਰਨੀਆਂ, ਵਿਜ਼ੀਟੇਸ਼ਨ ਕਰਨੀ, ਔਰ ਜਿੱਥੇ ਕਿਤੇ ਵੀ ਲੋਕ ਬਿਮਾਰ ਨੇ ਹਸਪਤਾਲਾਂ 'ਚ, ਘਰਾਂ 'ਚ, ਉਹ ਵੀ ਵਿਜ਼ੀਟੇਸ਼ਨ ਕਰਦੇ ਹਾਂ, ਔਰ ਛੋਟੀਆਂ ਛੋਟੀਆਂ ਘਰਾਂ ਦੇ ਵਿੱਚ ਮੀਟਿੰਗਾਂ ਵੀ ਕਰਦੇ ਹਾਂ ਚਰਚ ਤੋਂ ਇਲਾਵਾ। ਤੋ ਇਹ ਪਾਸਟਰ ਦਾ ਜਿਹੜਾ ਰੋਲ ਹੈ ਔਰ ਡਿਊਟੀ ਵੀ ਹੈ। ਹਾਂਜੀ, ਬਹੁਤ ਹੀ ਜਿੱਦਾਂ ਕਹਿੰਦੇ ਹੁੰਦੇ ਇੱਕ ਡਿਮਾਂਡਿੰਗ ਰੋਲ ਹੈਗਾ, ਔਰ ਕਾਫੀ ਬਿਜ਼ੀ ਰਹਿੰਦੇ ਹੋਵੋਗੇ। ਤਾਂ ਇਹਦੇ ਨਾਲ ਹੀ ਮੈਂ ਪੁੱਛਦਾ ਕਿ ਵਾਟ ਇਜ਼ ਅ ਪਾਸਟਰ ਇਨ ਦਾ ਬਾਈਬਲ, ਜਿੱਦਾਂ ਖੁਦਾਵੰਦ ਦੇ ਕਲਾਮ ਦੇ ਵਿੱਚ ਪਾਸਟਰ ਦੀ ਵੀ ਜਿੱਦਾਂ ਕਹਿੰਦੇ ਕੀ ਡੈਫੀਨੇਸ਼ਨ ਹੈ? ਐਕਚੁਅਲੀ ਜਦੋਂ ਕਿਸੇ ਨੂੰ ਵੀ ਥਾਪਿਆ ਜਾਂਦਾ ਜਾਂ ਮੁਕਰਰ ਕੀਤਾ ਜਾਂਦਾ, ਔਰਡਨ ਕੀਤਾ ਜਾਂਦਾ ਪਾਸਟਰ ਨੂੰ, ਤਾਂ ਜਦੋਂ ਪਾਸਟਰ ਨੂੰ ਔਰਡਨ ਕੀਤਾ ਜਾਂਦਾ, ਉਹਨੂੰ ਚਾਰਜ ਕੀਤਾ ਜਾਂਦਾ, ਉਹਨੂੰ ਦੱਸਿਆ ਜਾਂਦਾ ਕਿ ਯੂ ਆਰ ਦਾ ਸ਼ੈਪਰਡ, ਆਮੈਨ, ਯੂ ਆਰ ਦਾ ਵਾਚਮੈਨ ਜੀ, ਯੂ ਆਰ ਦਾ ਕੇਅਰ ਟੇਕਰ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਹੁਣ ਜਿਹੜਾ ਵਾਚਮੈਨ ਆ ਉਹ ਬਹੁਤ ਹੀ ਇੰਪੋਰਟੈਂਟ ਵਰਕ ਆ ਰਾਖੀ ਕਰਨੀ, ਠੀਕ ਆ ਜੀ। ਔਰ ਇਸੇ ਤਰ੍ਹਾਂ ਜੋ ਖੁਦਾ ਦੀ ਕਲੀਸੀਆ ਆ ਉਹਦੇ ਰਾਖੇ ਨੇ ਪਾਦਰੀ ਲੋਕ। ਔਰ ਜਦੋਂ ਅਸੀਂ ਕਹਿੰਦੇ ਸ਼ੈਪਰਡ, ਸ਼ੈਪਰਡ ਜਿਹੜਾ ਕਹਿੰਦੇ ਬਾਈਬਲ ਦੇ ਵਿੱਚ ਵੀ ਯਸੂ ਨੂੰ ਵੀ ਸ਼ੈਪਰਡ ਗਿਆ, ਇਟਸ ਅ ਗੁੱਡ ਸ਼ੈਪਰਡ, ਔਰ ਅੱਛਾ ਸ਼ੈਪਰਡ ਜਿਹੜਾ ਆ ਆਪਣੀਆਂ ਭੇਡਾਂ ਦੀ ਜਾਨ ਦਿੰਦਾ ਆ। ਅਤੇ ਇਹੋ ਜੋ ਕੰਮ ਯਸੂ ਮਸੀਹ ਦਾ ਸੀ, ਉਹੀ ਕੰਮ ਉਹਦੇ ਸ਼ਾਗਿਰਦਾਂ ਦਾ, ਉਹਦੇ ਖਾਦਮਾਂ ਦਾ, ਪਾਦਰੀ ਸਾਹਿਬਾਨਾਂ ਦਾ ਹੈ ਕਿ ਉਹੀ ਮਿਸ਼ਨ ਜਿਹੜਾ ਉਹ ਲੈ ਕੇ ਅੱਗੇ ਚੱਲਣ। ਕਿਉਂਕਿ ਯਸੂ ਦਾ ਜੋ ਮਿਸ਼ਨ ਸੀ ਉਹ ਇਹ ਸੀ ਕਿ ਉਹ ਦੁਨੀਆ ਦੇ ਵਿੱਚ ਜਦੋਂ ਆਏ ਆ, ਕਿਸੇ ਨੂੰ ਕੰਡੈਮ ਕਰਨ ਲਈ ਨਹੀਂ ਆਏ। ਉਹ ਜਾਣਦੇ ਕਿ ਸਾਰੀ ਦੁਨੀਆ ਪਾਪੀ ਆ, ਅਸੀਂ ਵੀ ਸਾਰੇ ਜਾਣਦੇ ਹਾਂ ਕਿ ਲੋਕ ਭਟਕੇ ਹੋਏ ਆ, ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਏ। ਭਾਈ ਸਾਹਿਬ, ਤੁਸੀਂ ਇਹ ਵੀ ਦੱਸੋ ਕਿ ਇਹ ਜਿਹੜੀ ਤੁਹਾਡੀ ਕਾਲਿੰਗ ਸੀਗੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਮਗਰੋਂ ਗੱਲ ਕਰਨੀ ਵੀ ਕਿਸ ਤਰ੍ਹਾਂ ਤੁਸੀਂ ਪਾਦਰੀ ਬਣੇ, ਪਰ ਮੈਂ ਹੁਣ ਚਾਹੁੰਦਾ ਹੈਗਾ ਕਿ ਤੁਹਾਨੂੰ ਮੈਂ ਬਚਪਨ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ, ਮੈਂ ਤੁਹਾਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਤਾਂ ਮੈਂ
ਚਾਹੁੰਦਾ ਹੈਗਾ ਕਿ ਜਿੰਨੇ ਵੀ ਸਾਡੇ ਨਾਲ ਸ਼ੁਰੂ ਤੋਂ ਰਲੇ ਹੋਏ ਆ ਉਹਨਾਂ ਨੂੰ ਦੱਸੋ ਵੀ ਤੁਸੀਂ ਸ਼ੁਰੂ ਕਿੱਥੇ ਹੋਏ, ਪੈਦਾਇਸ਼ ਕਿੱਥੇ ਹੋਈ, ਘਰਾਣੇ ਆ, ਭੈਣ ਭਰਾ ਸਭ ਕੁਛ? ਭਾਈ ਸਾਹਿਬ, ਤੁਸੀਂ ਪਿੰਡ ਦੀਆਂ ਗਲੀਆਂ ਦੀ ਗੱਲ ਕੀਤੀ ਆ, ਹੁਣ ਅਸੀਂ ਇੱਥੇ ਇੰਗਲੈਂਡ 'ਚ ਆ, ਜਦੋਂ ਵੀ ਇੰਡੀਆ ਜਾਂਦੇ ਹਾਂ ਉਹ ਪਿੰਡ ਦੀਆਂ ਗਲੀਆਂ ਦੇਖਣ ਜਾਂਦੇ ਹਾਂ ਜਿੱਥੇ ਖੇਡੇ ਹਾਂ, ਜਿਸ ਮਿੱਟੀ ਦੇ ਵਿੱਚ ਅਸੀਂ ਪਲੇ ਹਾਂ। ਔਰ ਮੈਂ ਪਿੰਡ ਖਾਨਪੁਰ ਔਰ ਤਹਿਸੀਲ ਮੁਕੇਰੀਆਂ, ਪਹਿਲਾਂ ਦਸੂਆ ਜਿਹੜੀ ਸੀ, ਦਸੂਆ ਔਰ ਮੁਕੇਰੀਆਂ ਦੇ ਵਿੱਚ ਜਿਹੜੀ ਸੜਕ ਜਲੰਧਰ ਤੋਂ ਪਠਾਨਕੋਟ ਨੂੰ ਜਾਂਦੀ ਆ, ਔਰ ਜਦੋਂ ਤੁਸੀਂ ਜਲੰਧਰ ਔਰ ਪਠਾਨਕੋਟ ਨੂੰ ਜਾਓ ਤਾਂ ਰਸਤੇ ਦੇ ਵਿੱਚ ਦਸੂਆ ਆਉਂਦਾ, ਦਸੂਏ ਤੋਂ ਅੱਗੇ ਮੁਕੇਰੀਆਂ, ਦਸੂਆ ਔਰ ਮੁਕੇਰੀਆਂ ਦੇ ਵਿਚਕਾਰ ਜਿਹੜਾ ਆ ਉਹ ਪਿੰਡ ਖਾਨਪੁਰ ਆ। ਔਰ ਉੱਥੇ ਦਾ ਆਪਣਾ ਜੰਪਲ, ਉੱਥੇ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹੇ ਹਾਂ। ਜਦੋਂ ਅਸੀਂ ਪ੍ਰਾਇਮਰੀ ਸਕੂਲ 'ਚ ਪੜ੍ਹਨ ਜਾਂਦੇ ਸੀ, ਸਾਡੇ ਟਾਈਮ 'ਤੇ ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਸੀ ਉੱਥੇ ਈਵਨ ਟਾਟ ਵੀ ਨਹੀਂ ਸੀ ਹੁੰਦੇ, ਘਰੋਂ ਬੋਰੀ ਲੈ ਕੇ ਜਾਂਦੇ ਸੀ। ਅਤੇ ਅਸੀਂ ਅੱਜ ਵੀ ਬੋਰੀ ਝਾੜ ਸਕੂਲ ਯਾਦ ਕਰਦੇ ਹਾਂ ਕਿ ਬੋਰੀ ਝਾੜ ਸਕੂਲ ਸੀ ਔਰ ਸਰਕਾਰੀ ਸਕੂਲ ਸੀ, ਉੱਥੇ ਅਸੀਂ ਪੜ੍ਹੇ ਔਰ ਪੰਜਵੀਂ ਤੱਕ ਉੱਥੇ ਪੜ੍ਹੇ। ਛੇਵੀਂ ਕਲਾਸ ਅਸੀਂ ਖਾਲਸਾ ਹਾਇਰ ਸੈਕੰਡਰੀ ਸਕੂਲ, ਜਾਣੀ ਸੰਤ ਬਾਬਾ ਪ੍ਰੇਮ ਸਿੰਘ ਖਾਲਸਾ ਹਾਇਰ ਸੈਕੰਡਰੀ ਸਕੂਲ ਮੁਕੇਰੀਆਂ, ਉੱਥੇ ਗਿਆਰਵੀਂ ਤੱਕ ਅਸੀਂ ਪੜ੍ਹੇ ਹਾਂ ਪੰਜਾਬੀ ਮੀਡੀਅਮ 'ਚ। ਉਹਦੇ ਬਾਅਦ ਅਸੀਂ ਸੰਨ 1968 ਦੇ ਵਿੱਚ ਸੈਵਨ ਦੇ ਐਡਵੈਂਟਿਸਟ ਪਾਸਟਰ ਬੀ ਐੱਮ ਮੱਲ ਸਾਹਿਬ, ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਆ, ਉਹਨਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਇੱਕ ਪਿੰਡ ਉਸ ਖਾਨਪੁਰ ਦੇ ਵਿੱਚ। ਇੱਕ ਸਾਡੀ ਫੈਮਿਲੀ ਸੀ, ਉਹਨਾਂ ਨੂੰ ਉੱਥੇ ਮਿਲਣ ਵਾਸਤੇ ਆਏ, ਉੱਥੇ ਉਹਨਾਂ ਨਾਲ ਮੁਲਾਕਾਤ ਹੋਈ। ਔਰ ਜਦੋਂ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਤਾਂ ਉਹ ਮੁਲਾਕਾਤ ਵੱਧਦੀ ਗਈ ਔਰ ਉਹਨਾਂ ਨੇ ਸਾਡੇ ਨਾਲ ਬਾਈਬਲ ਸਟੱਡੀਜ਼ ਸ਼ੁਰੂ ਕੀਤੀ। ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਕ੍ਰਿਸਚਨ ਸਾਂ, ਲੇਕਿਨ ਨਾਮ ਦੇ ਕ੍ਰਿਸਚਨ ਸਾਂ, ਬਾਈਬਲ ਦਾ ਨੌਲੇਜ ਕੋਈ ਜ਼ਿਆਦਾ ਨਹੀਂ ਸੀ, ਨਾ ਕੋਈ ਪ੍ਰੈਕਟੀਕਲ ਲਾਈਫ ਹੁੰਦੀ ਸੀ। ਅਤੇ ਅਸੀਂ ਜਦੋਂ ਉਹਨਾਂ ਦੇ ਸੰਪਰਕ 'ਚ ਆਏ ਤਾਂ ਉਹਨਾਂ ਨੇ ਸਾਡੇ ਨਾਲ ਪ੍ਰੋਪਰ ਬਾਈਬਲ ਸਟੱਡੀ ਕੀਤੀ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਸੱਤਵੇਂ ਦਿਨ ਦੀ ਇਬਾਦਤ ਆ ਉਹਦੇ ਬਾਰੇ ਸਾਨੂੰ ਦੱਸਿਆ ਕਿ ਸੈਬਤ ਜਿਹੜਾ ਆ ਉਹ ਸੱਤਵੇਂ ਦਿਨ ਆਉਂਦਾ, ਸੱਤਵੇਂ ਦਿਨ ਜਿਹੜਾ ਖੁਦਾ ਦਾ ਹੁਕਮ ਆ ਉਹਨੂੰ ਮੰਨਣਾ ਚਾਹੀਦਾ ਹੈ। ਪਹਿਲਾਂ ਅਸੀਂ ਸੰਡੇ ਚਰਚ ਦੇ ਵਿੱਚ ਜਾਂਦੇ ਸੀ, ਜਦੋਂ ਉਹਨਾਂ ਨੇ ਸਾਨੂੰ ਮੁਕੰਮਲ ਤੌਰ ਨਾਲ ਕਾਇਲ ਕਰ ਲਿਆ ਅਤੇ ਸਾਨੂੰ ਹੋਰ ਵੀ ਬਾਈਬਲ ਸਟੱਡੀਆਂ ਦਿੱਤੀਆਂ, ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਯਸੂ ਦੇ ਪਿੱਛੇ ਕਿਵੇਂ ਲੱਗਣਾ ਚਾਹੀਦਾ, ਅਤੇ 1968 ਦੇ ਵਿੱਚ ਮੇਰਾ ਬਪਤਿਸਮ ਹੋਇਆ ਖਾਨਪੁਰ। ਖਾਨਪੁਰ ਦੇ ਨਾਲ ਪਿੰਡ ਦੀ ਜਿਹੜੀ ਸਾਡੀ ਜ਼ਮੀਨ ਸੀ ਉੱਥੋਂ ਵਿੱਚੋਂ ਦੀ ਨਹਿਰ ਵਗਦੀ ਸੀ, ਨਹਿਰ ਦੇ ਉੱਤੇ ਮੇਰਾ ਅਤੇ ਮੇਰੇ ਬ੍ਰਦਰ ਦਾ ਅਤੇ ਮੇਰੇ ਦੋ ਚਾਚਿਆਂ ਦਾ, ਸਾਡੇ ਚਾਰ ਬੰਦਿਆਂ ਦਾ ਸੀ, ਸਾਡੇ ਉੱਥੇ ਬਪਤਿਸਮਾ ਆਇਆ। ਤਦ ਤੋਂ ਆਈ ਵਾਜ਼ ਬਿਕਮ ਏ ਸੈਵਨ ਦੇ ਐਡਵੈਂਟਿਸਟ। ਤੋ ਉਸ ਸਮੇਂ ਮੈਂ ਆਪਣਾ ਜੀਵਨ ਜਿਹੜਾ ਉਹਨੂੰ ਦੇ ਦਿੱਤਾ ਅਤੇ ਅਸੀਂ ਉਦੋਂ ਦਸਵੀਂ ਪਾਸ ਕੀਤੇ, ਗਿਆਰਵੀਂ 'ਚ ਪੜ੍ਹਦੇ ਸੀਗੇ। ਜਦੋਂ ਅਸੀਂ ਗਿਆਰਵੀਂ ਪਾਸ ਕੀਤੇ ਤਾਂ ਉਸ ਪਾਦਰੀ ਸਾਹਿਬ ਦੀ ਟ੍ਰਾਂਸਫਰ ਹੋ ਗਈ, ਉਹਨਾਂ ਦੀ ਜਗ੍ਹਾ ਪਾਸਟਰ ਸੀ ਐੱਮ ਦਾਸ ਆ ਗਏ, ਉਹ ਵੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ। ਅਤੇ ਮੈਨੂੰ ਉਹ ਕਹਿਣ ਲੱਗੇ, ਨੌਜਵਾਨੋ ਤੁਸੀਂ ਅੱਗੇ ਪੜ੍ਹਨਾ, ਕਾਲਜ ਵਿੱਚ ਜਾਣਾ? ਹਾਂਜੀ, ਅਸੀਂ ਕਿਹਾ ਅਸੀਂ ਜਾਣਾ ਆ। ਅਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਲਈ ਫਾਰਮ ਮੰਗਾ ਦੇਈਏ ਤਾਂ ਤੁਸੀਂ ਸਾਡਾ ਸੈਵਨ ਦੇ ਐਡਵੈਂਟਿਸਟ ਚਰਚ ਦਾ ਜੋ ਪੂਰੀ ਇੰਡੀਆ ਦੇ ਵਿੱਚ ਜੋ ਇੱਕੋ ਹੀ ਕਾਲਜ ਆ ਉਹ ਸਪਾਈਸਰ ਮੈਮੋਰੀਅਲ ਕਾਲਜ ਮਹਾਰਾਸ਼ਟਰਾ ਦੇ ਵਿੱਚ ਪਾਇਆ ਜਾਂਦਾ, ਪੂਨੇ ਦੇ ਵਿੱਚ, ਪੂਨਾ ਯੂਨੀਵਰਸਿਟੀ ਦੇ ਆਪੋਜਿਟ। ਅਸੀਂ ਉਹਨਾਂ ਨੂੰ ਆਪਣੇ ਸਾਰੇ ਡਾਕੂਮੈਂਟਸ ਵਗੈਰਾ ਜਿਹੜੇ ਆ ਜਿਹੜੇ ਸਰਟੀਫਿਕੇਟ ਦੇ ਦਿੱਤੇ, ਸਾਨੂੰ ਉੱਥੋਂ ਕਾਲਜ ਤੋਂ ਐਕਸੈਪਟੈਂਸ ਲੈਟਰ ਆ ਗਿਆ। ਜੋ ਸਾਨੂੰ ਐਕਸੈਪਟੈਂਸ ਲੈਟਰ ਆ ਗਿਆ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਉੱਥੇ ਦੀ ਫੀਸ ਫੂਸ ਕਿੰਨੀ ਕੁ ਆ, ਤਾਂ ਉਹ ਕਹਿਣ ਲੱਗੇ ਵੀ ਫੀਸ ਦਾ ਤੁਸੀਂ ਫਿਕਰ ਨਾ ਕਰੋ, ਫੀਸ ਦਾ ਵੀ ਜਿਹੜਾ ਪ੍ਰਭੂ ਜਿਹੜਾ ਇੰਤਜ਼ਾਮ ਕਰੇਗਾ। ਉਹਨਾਂ ਨੇ ਸਾਨੂੰ ਕਿਹਾ, ਜਦੋਂ ਸਾਡੀ ਐਕਸੈਪਟੈਂਸ ਆ ਗਈ, ਇਹ ਗੱਲ ਜਿਹੜੀ ਆ ਇਹ ਮਾਰਚ ਦੀ ਆ, ਅਤੇ ਅਪ੍ਰੈਲ ਮਈ ਜੂਨ ਅਸੀਂ ਜਾ ਕੇ ਜੂਨ ਜੁਲਾਈ ਦੇ ਵਿੱਚ ਜਾ ਕੇ ਕਾਲਜ ਖੋਲ੍ਹਦੇ ਸੀ, ਪਹਿਲਾ ਸਮੈਸਟਰ ਉੱਥੇ ਹੁੰਦਾ ਸੀ। ਅਤੇ ਕਹਿਣ ਲੱਗੇ ਤੁਸੀਂ 3 ਮਹੀਨੇ ਕਿਤਾਬਾਂ ਵੇਚਣੀਆਂ ਹੈਲਥ ਦੀਆਂ। ਅਤੇ ਉਸ ਔਰਗਨਾਈਜੇਸ਼ਨ ਦਾ ਉਸ ਸਮੇਂ ਜਿਹੜਾ ਨਾਂ ਸੀ ਓਰੀਐਂਟਲ ਬਾਚਮੈਨ ਪਬਲਿਸ਼ਿੰਗ ਹਾਊਸ ਸੀ, ਅਤੇ ਉਹ ਜਿਹੜਾ ਔਰਗਨਾਈਜੇਸ਼ਨ ਦਾ ਨਾਂ ਸੀ ਨੈਸ਼ਨਲ ਹੋਮ ਐਂਡ ਹੈਲਥ ਸਰਵਿਸ। ਅਤੇ ਅਸੀਂ ਮਤਲਬ ਜਿਹੜੀਆਂ ਹੈਲਥ ਦੀਆਂ ਬੁੱਕਸ ਸੀਗੀਆਂ ਅਤੇ ਉਹ ਜਿਹੜੀਆਂ ਕਿਤਾਬਾਂ ਦੀ ਵਿਕਰੀ ਕਰਦੇ, ਜੋ ਉਹਨਾਂ 'ਚੋਂ ਪ੍ਰੋਫਿਟ ਸਾਨੂੰ ਉਹ ਦਿੰਦੇ ਸੀ,
ਉਹ ਜਮ੍ਹਾਂ ਕਰਦੇ ਸੀ। ਜਮ੍ਹਾਂ ਕਰਕੇ ਜੇ ਜਿੰਨਾ ਤੁਹਾਡਾ ਕ੍ਰੈਡਿਟ ਹੋ ਜਾਏ ਉਹਦੇ 'ਤੇ 40% ਬੋਨਸ ਦਿੰਦੇ, ਉਹਨੂੰ ਕਹਿੰਦੇ ਸਕੋਲਰਸ਼ਿਪ। ਅਤੇ ਅਸੀਂ ਆਪਣਾ ਮਿਹਨਤ ਕਰਕੇ ਸਕੋਲਰਸ਼ਿਪ ਕਮਾ ਕੇ ਅਤੇ ਪੜ੍ਹਨ ਵਾਸਤੇ ਸਪਾਈਸਰ ਕਾਲਜ 1969 ਦੇ ਵਿੱਚ ਗਏ। ਤੋ 1969 ਦੇ ਵਿੱਚ ਅਸੀਂ ਉੱਥੇ ਜਦੋਂ ਗਏ ਹਾਂ ਅਤੇ 2 semester ਲਾ ਕੇ, ਕਿਉਂਕਿ ਸਾਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਇੰਨੀ। ਜਦੋਂ ਸਾਡੇ ਉੱਥੇ ਟੈਸਟ ਹੋਏ ਆ ਅੰਗਰੇਜ਼ੀ ਦਾ, ਤਾਂ ਅਸੀਂ ਟੈਸਟ 'ਚੋਂ ਫੇਲ ਹੋ ਗਏ। ਜਦੋਂ ਫੇਲ ਹੋ ਗਏ ਤਾਂ ਉਹਨਾਂ ਨੇ ਕਿਹਾ ਡੋਂਟ ਵਰੀ ਫਰ ਦੈਟ, ਤੁਹਾਨੂੰ ਅਸੀਂ ਬੇਸਿਕ ਕਾਲਜ ਇੰਗਲਿਸ਼ ਦੇ ਵਿੱਚ ਪਾਵਾਂਗੇ। ਅਤੇ ਅਸੀਂ 1 ਸਾਲ ਜਿਹੜਾ ਬੇਸਿਕ ਕਾਲਜ ਇੰਗਲਿਸ਼ ਦਾ ਕੋਰਸ ਕੀਤਾ, 1 ਸਾਲ ਦੇ ਅੰਦਰ ਅੰਦਰ ਅਸੀਂ ਕਾਲਜ ਲੈਵਲ 'ਤੇ ਆ ਗਏ, ਜਿਹਦੇ ਵਿੱਚ ਸਾਡੀ ਜਿਹੜੀ ਇੰਗਲਿਸ਼ ਸਪੀਕਿੰਗ ਜਿਹੜੀ ਆ ਉਹ ਕਾਫੀ ਅੱਛੀ ਹੋ ਗਈ। ਲੇਕਿਨ ਸਾਡੀ ਪੰਜਾਬ ਦੀ ਇੰਗਲਿਸ਼ ਦੀ ਗ੍ਰੈਮਰ ਬਹੁਤ ਤਗੜੀ ਸੀ, ਸਾਡੀ ਰਾਈਟਿੰਗ ਗ੍ਰੈਮਰ ਬਹੁਤ ਅੱਛੀ ਸੀ, ਪਰ ਸਪੀਕਿੰਗ ਪਾਵਰ 'ਚ ਅਸੀਂ ਥੋੜ੍ਹੇ ਵੀਕ ਸੀਗੇ। ਅਤੇ ਜਦੋਂ ਅਸੀਂ ਅੰਗਰੇਜ਼ੀ ਬੋਲਦੇ ਸੀ ਤਾਂ ਕੁੜੀਆਂ ਮੁੰਡੇ ਹੱਸਿਆ ਕਰਦੇ ਸੀ, ਪਰ ਆਫਟਰ 6 months ਜਿਹੜੇ ਹੱਸਦੇ ਸੀ ਅਸੀਂ ਉਹਨਾਂ 'ਤੇ ਹੱਸਦੇ ਸੀ, ਉਹਨਾਂ ਦੇ ਅਸਾਈਨਮੈਂਟਾਂ ਵੀ ਅਸੀਂ ਕਰਕੇ ਦਿੰਦੇ ਸੀ। ਅਤੇ ਖੁਦਾ ਨੇ ਬੜੀ ਮਦਦ ਕੀਤੀ, ਅਸੀਂ 1 ਸਾਲ ਸਾਡਾ ਜਿਹੜਾ ਸਾਨੂੰ ਉਹ ਸਬਜੈਕਟਾਂ ਦਾ ਕ੍ਰੈਡਿਟ ਨਹੀਂ ਮਿਲਿਆ, ਲੇਕਿਨ ਅਸੀਂ ਕਾਲਜ ਲੈਵਲ 'ਤੇ ਆ ਗਏ। ਠੀਕ ਹੈ ਭਾਈ ਸਾਹਿਬ, ਤੁਸੀਂ ਉੱਥੋਂ ਆਪਣੀ ਪੜ੍ਹਾਈ ਲਿਖਾਈ ਕਰਕੇ ਜੀ ਤੁਸੀਂ ਮਿਨਿਸਟਰੀ ਵਿੱਚ ਵੀ ਆ ਗਏ, ਔਰ ਤੁਸੀਂ ਜੀਵਨ ਵੀ ਆਪਣਾ ਖੁਦਾਵੰਦ ਯਿਸੂ ਮਸੀਹ ਨੂੰ ਦੇ ਦਿੱਤਾ ਹੈਗਾ ਆ, ਔਰ ਤੁਸੀਂ ਹੁਣ ਜਿੱਦਾਂ ਕਹਿੰਦੇ ਹੁੰਦੇ ਜਵਾਨ ਹੋ ਗਏ ਆ। ਠੀਕ ਹੈ, ਤਾਂ ਫਿਰ ਗਾਂ ਤੁਸੀਂ ਸ਼ਾਦੀ ਕਿੱਦਾਂ ਹੋਈ? ਉਹ ਇਹੋ ਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਅਜੇ ਅਸੀਂ ਕਾਲਜ ਜਿਹੜਾ ਖਤਮ ਨਹੀਂ ਸੀ ਕੀਤਾ। 1971 ਦੇ ਵਿੱਚ ਜਦੋਂ ਫਿਰ ਐਡਮਿਸ਼ਨ ਹੋਣੀ ਸੀ, ਕਿਉਂਕਿ ਨੈਸ਼ਨਲ ਹੋਮ ਐਂਡ ਸਰਵਿਸ ਜਿਹੜੀ ਸੀ ਪੂਨਾ ਉਹਦਾ ਦਫ਼ਤਰ ਸੀ, ਅਤੇ ਮੈਂ ਔਰ ਮੇਰੇ ਚਾਚਾ ਜੀ ਨੇ ਅਸੀਂ ਰਲ ਕੇ ਕੰਮ ਕੀਤਾ ਸੀ, ਉਹ ਸਾਰਾ ਕ੍ਰੈਡਿਟ ਉਹਨੂੰ ਚਲਾ ਗਿਆ, ਮੈਨੂੰ ਕੁਛ ਨਹੀਂ ਮਿਲਿਆ। ਉਹਨਾਂ ਨੇ ਮੈਨੂੰ ਐਡਮਿਸ਼ਨ ਨਹੀਂ ਦਿੱਤਾ। ਜਦੋਂ ਮੈਨੂੰ ਐਡਮਿਸ਼ਨ ਨਹੀਂ ਮੇਰਾ 71 'ਚ ਹੋਇਆ, ਮੇਰੇ ਚਾਚੇ ਨੂੰ ਐਡਮਿਸ਼ਨ ਮਿਲ ਗਿਆ, ਮੈਂ ਘਰ ਆ ਗਿਆ। ਜਦੋਂ ਮੈਂ ਘਰ ਪਹੁੰਚਿਆ ਹਾਂ, ਘਰ ਆ ਗਏ ਹਾਂ, ਅਤੇ ਇੱਕ ਰਿਸ਼ਤਾ ਆਇਆ ਨਰਸ ਦਾ ਸਾਡੇ ਉੱਥੇ ਫੈਮਿਲੀ ਦੇ ਵਿੱਚੋਂ, ਸਾਡੀ ਚਾਚੀ ਲੱਗਦੀ ਸੀ, ਕਹਿਣ ਲੱਗੇ ਵੀ ਇੱਕ ਨਰਸ ਕੁੜੀ ਆ ਅਤੇ ਤੁਹਾਡੇ ਵਰਗਾ ਇੱਕ ਮੁੰਡਾ। ਮੇਰੀ ਮਾਂ ਨੂੰ ਕਹਿਣ ਲੱਗੇ ਵੀ ਤੁਸੀਂ ਮੇਰੀ ਦਾਦੀ ਕੋਲ ਗਏ ਮੇਰੇ ਚਾਚੇ ਵਾਸਤੇ ਪੁੱਛਣ ਲਈ, ਅਤੇ ਉਹ ਕਹਿਣ ਲੱਗੇ ਵੀ ਮੇਰਾ ਮੁੰਡਾ ਤਾਂ ਸਪਾਈਸਰ 'ਚ ਪੜ੍ਹਦਾ ਅਤੇ ਮੇਰਾ ਪੋਤਾ ਆਇਆ ਹੋਇਆ, ਅਤੇ ਮੇਰੇ 9 ਪੁੱਤ ਨੂੰ ਪੁੱਛ ਲਓ। ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਦੱਸਿਆ ਉਹਨਾਂ ਦੇ ਬਾਰੇ। ਪਿੱਛੇ ਲੋਕ ਖਾਨਦਾਨੀ ਦੇਖਦੇ ਸੀ, ਦੇਖ ਕੇ ਤਾਂ ਕਹਿਣ ਲੱਗੇ ਵੀ ਠੀਕ ਆ। ਅਤੇ ਮੈਂ ਆਪਣੇ ਡੈਡ ਨੂੰ ਕਿਹਾ ਮੈਂ ਅਜੇ ਪੜ੍ਹਨਾ, ਕਹਿੰਦੇ ਪੜ੍ਹਨ ਤੋਂ ਕਦੇ ਕੌਣ ਰੋਕਦਾ, ਆਪਾਂ ਤਾਂ ਮੰਗਣੀ ਕਰਨੀ ਆ। ਤਾਂ ਉਹਨਾਂ ਨੇ ਮੇਰੀ ਮੰਗਣੀ ਕਰ ਦਿੱਤੀ। ਜਦੋਂ ਮੇਰੀ ਮੰਗਣੀ ਹੋ ਗਈ ਤਾਂ ਮੈਂ ਆਪਣੀ ਜਿਹੜੀ ਹੋਣ ਵਾਲੀ ਵਾਈਫ ਸੀ ਉਹਨੂੰ ਦੇਖਿਆ ਨਹੀਂ ਸੀ, ਨਾ ਮੇਰੀ ਹੋਣ ਵਾਲੀ ਵਾਈਫ ਨੇ ਮੈਨੂੰ ਦੇਖਿਆ ਸੀ। ਸਾਡੀ ਫੋਟੋਆਂ ਦੇ ਉੱਤੇ ਉਹਨਾਂ ਨੇ ਮੰਗਣੀ ਕਰ ਦਿੱਤੀ। ਜਿਹੜੇ ਮੇਰੀ ਵਾਈਫ ਦੇ ਕੁਛ ਰਿਸ਼ਤੇਦਾਰ ਆਏ ਉਹਨਾਂ ਨੇ ਮੈਨੂੰ ਦੇਖ ਕੇ ਅਤੇ ਮੇਰੀ ਜਿਹੜੀ ਵਾਈਫ ਸੀ ਉਹਦੀ ਫੋਟੋ ਦਿਖਾ ਦਿੱਤੀ, ਫੋਟੋ ਦਿਖਾ ਕੇ ਮੰਗਣੀ ਕਰ ਦਿੱਤੀ। ਔਰ ਉਹਦੇ ਬਾਅਦ ਸਾਲ ਬਾਅਦ ਕਹਿਣ ਲੱਗੇ ਵੀ ਵਿਆਹ ਕਰਨਾ। ਫਿਰ 1972 ਦੇ ਵਿੱਚ 23 March 1972 ਸਾਡੀ ਸ਼ਾਦੀ ਜਿਹੜੀ ਆ ਹੋ ਗਈ। ਜਦੋਂ ਸਾਡੀ ਸ਼ਾਦੀ ਹੋ ਗਈ ਪੜ੍ਹਾਈ ਫਿਰ ਭੁੱਲ ਗਏ, ਖਤਮ ਹੋ ਗਈ। ਔਰ 7 ਸਾਲ ਤੱਕ ਮੈਂ ਆਪਣੀ ਵਾਈਫ ਨੂੰ ਇਹ ਕਹਿੰਦਾ ਰਿਹਾ ਕਿ ਅਗਰ ਮੈਂ ਤੇਰੇ ਨਾਲ ਮੇਰੀ ਸ਼ਾਦੀ ਨਾ ਹੁੰਦੀ, ਸਾਡੇ 2 ਬੱਚੇ ਵੀ ਹੋ ਗਏ, ਤਾਂ ਮੈਂ ਪਾਦਰੀ ਬਣ ਜਾਣਾ ਸੀ। ਅਤੇ 1979 ਦੇ ਵਿੱਚ ਮੇਰੇ ਡੈਡੀ ਵੀ ਬੈਠੇ ਸੀ, ਮੇਰੀ ਵਾਈਫ ਵੀ ਬੈਠੀ ਸੀ, ਫੈਮਿਲੀ ਦੇ ਸਾਰੇ ਮੈਂਬਰ ਬੈਠੇ ਸੀ। ਤਾਂ ਮੇਰੇ ਡੈਡੀ ਕਹਿੰਦੇ ਤੇਰਾ ਦਿਲ ਅਜੇ ਵੀ ਕਰਦਾ ਪੜ੍ਹਨ ਨੂੰ? ਮੈਂ ਕਿਹਾ ਯੈਸ। ਕਹਿੰਦੇ ਤੇਰੇ 2 ਨਿਆਣੇ ਹੋ ਗਏ, ਤੂੰ ਅਜੇ ਵੀ ਪੜ੍ਹਨਾ? ਮੈਂ ਕਿਹਾ ਯੈਸ, ਪੜ੍ਹਨਾ ਚਾਹੁੰਦਾ। ਕਹਿੰਦੇ ਜੇ ਪੜ੍ਹਨਾ ਚਾਹੁੰਦਾ ਤਾਂ ਐਪਲੀਕੇਸ਼ਨ ਦੇ, ਪੜ੍ਹ ਲਾ ਦੁਬਾਰਾ ਚਲਾ ਜਾ। ਹਾਂਜੀ, ਅਤੇ ਮੈਂ ਆਪਣੀ ਔਰਗਨਾਈਜੇਸ਼ਨ ਨੂੰ ਐਪਲੀਕੇਸ਼ਨ ਦਿੱਤੀ ਔਰ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਫਾਈਨੈਂਸ਼ੀਅਲ ਹੈਲਪ ਵੀ ਚਾਹੀਦੀ ਆ ਅਤੇ ਮੈਨੂੰ ਲੀਵ ਆਫ ਐਬਸੈਂਸ ਚਾਹੀਦੀ ਆ। ਅਤੇ ਮੈਨੂੰ ਉਹਨਾਂ ਨੇ ਲੀਵ ਆਫ ਐਬਸੈਂਸ ਤਾਂ ਦੇ ਦਿੱਤੀ, ਲੇਕਿਨ ਉਹਨਾਂ ਨੇ ਮੈਨੂੰ ਫਾਈਨੈਂਸ਼ੀਅਲ ਹੈਲਪ ਦੇ ਲਈ ਨਾ ਕਰ ਦਿੱਤੀ। ਅਤੇ ਮੈਂ ਉਹ ਚਿੱਠੀ ਲੈ ਕੇ ਫਿਰ ਦਫ਼ਤਰ ਪਹੁੰਚਿਆ ਅਤੇ ਮੇਰੇ ਉੱਥੇ ਇੱਕ ਜਾਣੇ ਵਾਲੇ ਪਾਦਰੀ ਸਾਹਿਬ ਸੀਗੇ, ਉਹ ਉੱਥੇ ਦੇ ਡਾਇਰੈਕਟਰ ਸੀਗੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਅੱਗੇ ਵੀ ਮੈਂ ਪੈਸਿਆਂ ਕੋਲੋਂ ਵਾਪਸ ਆ ਗਿਆ ਅਤੇ ਹੁਣ ਮੈਂ ਕਿੱਦਾਂ ਪੜ੍ਹਾਂਗਾ, ਮੇਰੇ ਤੋਂ ਪੈਸੇ ਹੈ ਨਹੀਂ, ਹੁਣ ਵੀ ਮੇਰੇ ਕੋਲ ਕਿੱਥੇ ਪੈਸੇ ਹੈਗੇ ਆ? ਅਤੇ ਮੈਨੂੰ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਪੈਸੇ ਦਾ ਇੰਤਜ਼ਾਮ ਹੋ ਜੂ। ਮੈਂ ਪਹਿਲਾਂ ਪਟਿਆਲੇ ਜਾਊਂਗਾ, ਜਲੰਧਰ ਤੋਂ ਪਟਿਆਲੇ ਆਏ, ਮੇਰੀ ਵਾਈਫ ਨੂੰ ਪੁੱਛਿਆ ਵੀ ਤੇਰੀ ਮਰਜ਼ੀ ਨਾਲ ਪੜ੍ਹਨ ਜਾਣਾ ਚਾਹੁੰਦਾ? ਉਹਨੇ ਕਿਹਾ ਜੈਸ। ਮੇਰੇ ਮਾਂ ਬਾਪ ਨੂੰ ਪੁੱਛਿਆ, ਉਹਨੇ ਕਿਹਾ ਠੀਕ ਆ। ਉਹ ਰਾਤ ਨੂੰ ਕਹਿੰਦਾ ਵੀ ਇਹਦੇ ਕੋਲ ਜੋ ਕੁਛ ਲੈਣਾ ਲੈ ਲਓ,
ਇਹਨੂੰ ਜੋ ਕੁਝ ਦੇਣਾ ਦੇ ਦੋ, ਪਰ ਤੁਮਾਰੋ ਨਾ ਤੁਸੀਂ ਇਹਨੂੰ ਇੱਕ ਦਮੜੀ ਦੇਣੀ ਤੇ ਨਾ ਲੈਣੀ। ਇਹ ਹੁਣ ਤੁਹਾਡਾ ਮੁੰਡਾ ਨਹੀਂ ਰਿਹਾ, ਇਹ ਹੁਣ ਸਾਡਾ ਹੋ ਗਿਆ। ਉਹ ਸਾਨੂੰ ਦਫ਼ਤਰ ਲਿਜਾ ਗਏ, ਉੱਥੇ ਜਾ ਕੇ ਮੈਂ ਜੋ ਮੇਰੀ ਸਪਲਾਈ ਸੀ ਮੈਂ ਵਾਪਸ ਕਰਤੀ, ਨਵੇਂ ਸਿਰੋਂ ਸਪਲਾਈ ਉਹਨਾਂ ਨੇ ਮੈਨੂੰ ਦੇ ਦਿੱਤੀ। ਮੈਨੂੰ ਕਹਿਣ ਲੱਗੇ ਹੁਣ ਤੂੰ ਪਹਿਲਾਂ ਰੈਗੂਲਰ ਕਾਲ ਪੋਰਟਰ ਸੀ, ਜਾਣੀ ਕਿ ਲਿਟਰੇਚਰ ਵੈਂਜਲਿਸਟ ਸੀ, ਹੁਣ ਜਿਹੜਾ ਸਟੂਡੈਂਟ ਲਿਟਰੇਚਰ ਵੈਂਜਲਿਸਟ ਆ। ਅਤੇ ਮੇਰੇ ਜਿਹੜਾ ਉਹ ਪਾਦਰੀ ਸਾਹਿਬ ਬੜਾ ਅੱਛੇ ਦੋਸਤ ਸੀ, ਉਹਨਾਂ ਨੇ ਕਿਹਾ ਜੇ ਤੂੰ ਇਹ ਕਿਤਾਬਾਂ ਵੇਚ ਕੇ ਇੱਕ ਫੈਮਿਲੀ ਨੂੰ ਪਾਲ ਸਕਦਾ ਤਾਂ ਤੂੰ ਕਿਤਾਬਾਂ ਵੇਚ ਕੇ ਤਾਂ ਆਪਣਾ ਸਕੋਲਰਸ਼ਿਪ ਕਿਉਂ ਨਹੀਂ ਕਮਾ ਸਕਦਾ। ਅਤੇ ਮੈਂ 3 ਮਹੀਨੇ ਕੰਮ ਕੀਤਾ ਡੈਨੀ ਸਾਹਿਬ, 3 ਮਹੀਨਿਆਂ 'ਚ ਮੈਂ 2 ਸਾਲ ਦਾ ਸਕੋਲਰਸ਼ਿਪ ਕਮਾਇਆ। ਮੈਨੂੰ 2 ਸਾਲ ਹੀ ਚਾਹੀਦੇ ਸੀ ਹੋਰ ਉੱਥੇ ਪੜ੍ਹਨ ਵਾਸਤੇ। 3 ਮਹੀਨੇ ਕੰਮ ਕਰਕੇ ਮੈਂ ਚਲਾ ਗਿਆ। ਫਿਰ 79 ਦੇ ਵਿੱਚ 81 ਦੇ ਵਿੱਚ ਮੈਂ ਆਪਣੀ ਸੈਮੀਨਰੀ ਖਤਮ ਕਰਕੇ ਦੈਨ ਆਈ ਕਮ ਬੈਕ। ਜਦੋਂ ਮੈਂ ਕੰਮ ਵਾਪਸ ਆਇਆ ਤਾਂ ਮੈਂ ਆਪਣੀ ਔਰਗਨਾਈਜੇਸ਼ਨ ਨੂੰ ਅਪਲਾਈ ਕੀਤਾ। ਉਹ ਕਹਿੰਦੇ ਯੂ ਹੈਵ ਡਨ ਯੂਅਰ ਹਾਇਰ ਐਜੂਕੇਸ਼ਨ ਬਟ ਵੀ ਡੋਂਟ ਹੈਵ ਦਾ ਬਜਟ ਟੂ ਫਾਰ ਦਾ ਪਾਸਟਰ ਜੋਬ। ਤੋ ਮੈਂ ਬੜਾ ਪਾਸੇਮਤ ਹੋਇਆ ਔਰ ਮੈਨੂੰ ਕਹਿਣ ਲੱਗੇ ਕਿ ਅਸੀਂ ਤੈਨੂੰ ਉਹ ਕੰਮ ਦੇ ਸਕਦੇ ਤੂੰ ਪਹਿਲਾਂ ਕਰਦਾ ਸੀ, ਤੂੰ ਯੂ ਕੈਨ ਬਿਕਮ ਅਗੇਨ ਦਾ ਲਿਟਰੇਚਰ ਵੈਂਜਲਿਸਟ। 2 ਸਾਲ ਮੈਂ ਫਿਰ ਲਿਟਰੇਚਰ ਵੈਂਜਲਿਸਟ ਦਾ ਕੰਮ ਕੀਤਾ ਔਰ ਫਿਰ 1983 ਦੇ ਵਿੱਚ ਹੋਸਪਿਟਲ 'ਚ ਇੱਕ ਹੈਲਥ ਵਰਕਰ ਦੀ ਵੈਕੈਂਸੀ ਨਿਕਲੀ ਔਰ ਨਾਲ ਹੀ ਉਹਨਾਂ ਨੂੰ ਚੈਪਲੀਅਨ ਵੀ ਚਾਹੀਦਾ ਸੀ ਅਤੇ ਉਹਦੇ ਵਿੱਚ ਮੈਂ ਅਪਲਾਈ ਕਰ ਦਿੱਤਾ ਅਤੇ ਜਿਹਦੇ ਵਿੱਚ ਮੈਂ ਹੋਸਪਿਟਲ ਦਾ ਚੈਪਲੀਅਨ ਬਣ ਗਿਆ ਅਤੇ ਹੈਲਥ ਵਰਕਰ ਜਿਹੜਾ ਬਣ ਗਿਆ। ਅਤੇ ਮੇਰਾ ਮੈਡੀਕਲ ਡਾਇਰੈਕਟਰ ਕਹਿਣ ਲੱਗਾ ਹਫ਼ਤੇ ਬਾਅਦ ਉਹਨੂੰ ਸੱਦਿਆ, ਤੂੰ ਕਹਿੰਦਾ ਕੀ ਇੱਥੇ ਕਰੇਗਾ? ਮੈਂ ਕਿਹਾ ਜਿਹੜਾ ਕੰਮ ਦਿਓਗੇ। ਅਤੇ ਮੈਂ ਪਹਿਲਾਂ ਡਰ ਗਿਆ ਵੀ ਮੇਰੀ ਸ਼ਾਇਦ ਅਪੁਆਇੰਟਮੈਂਟ ਕੈਂਸਲ ਹੋ ਗਈ ਆ। ਅਤੇ ਮੇਰੀ ਵਾਈਫ ਗੌਰਮੈਂਟ ਸਰਵਿਸ ਕਰਦੀ ਸੀ, ਉਹਨਾਂ ਨੇ ਇਹ ਕਿਹਾ ਸੀ ਉੱਥੇ ਰਿਜ਼ਾਇਨ ਕਰ ਦੇ। ਅਤੇ ਮੈਨੂੰ ਡਾਕਟਰ ਕਹਿਣ ਲੱਗਾ ਵੀ ਰਿਜ਼ਾਇਨ ਨਾ ਕਰੇ। ਅਤੇ ਮੈਂ ਕਿਹਾ ਜੀ ਵਜ੍ਹਾ? ਕਹਿੰਦੇ ਵੀ ਤੈਨੂੰ ਅਸੀਂ ਵਿਲੌਰ ਮੈਡੀਕਲ ਕਾਲਜ ਰਿਫਰੈਸ਼ਰ ਕੋਰਸ ਵਾਸਤੇ ਭੇਜਣਾ ਅਤੇ 6 ਮਹੀਨੇ ਦਾ ਉੱਥੇ ਕੋਰਸ ਆ, ਤੂੰ ਕਰਕੇ ਆਉਣਾ, ਫਿਰ ਤੂੰ ਇੱਥੇ ਹੋਸਪਿਟਲ 'ਚ ਕੰਮ ਕਰ ਸਕਦਾ। ਤਾਂ ਮੈਂ ਕਿਹਾ ਜੀ ਠੀਕ ਆ। ਮੈਨੂੰ 6 ਮਹੀਨੇ ਉਹਨਾਂ ਨੇ ਸਪੋਂਸਰ ਕੀਤਾ, ਤਨਖਾਹ ਵਗੈਰਾ ਦਿੰਦੇ ਰਹੇ, ਮੇਰਾ ਖਰਚਾ ਸਾਰਾ ਦਿੱਤਾ ਉਹਨਾਂ ਨੇ ਔਰ ਮੈਨੂੰ ਮੈਂ 6 ਮਹੀਨਿਆਂ ਦੇ ਵਿੱਚ ਆਪਣਾ ਕੋਰਸ ਕਰਕੇ ਵਾਪਸ ਆਇਆ ਔਰ ਉਹਦੇ ਬਾਅਦ ਮੈਂ ਜਲੰਧਰ ਸ਼ਿਫਟ ਹੋ ਗਿਆ ਰੂਬੀ ਨੈਂਸਲ ਮੈਮੋਰੀਅਲ ਹੋਸਪਿਟਲ 'ਚ। ਉੱਥੇ ਫਿਰ ਮੈਂ 2-2.5 ਸਾਲ ਕੰਮ ਕੀਤਾ। ਉੱਥੋਂ ਮੇਰੀ ਟ੍ਰਾਂਸਫਰ ਫਿਰ ਮੈਡੀਸਨ ਹੋਸਪਿਟਲ ਹਾਪੜ UP ਦੇ ਵਿੱਚ ਉੱਥੇ ਹੋ ਗਈ। ਮੈਂ 2 ਸਾਲ ਉੱਥੇ ਮੈਨੇਜਰ ਰਿਹਾ ਔਰ ਥੱਲੇ ਦਾ ਛੋਟਾ ਮੋਟਾ ਵੀ ਕੰਮ ਕੀਤਾ ਔਰ ਉਹਦੇ ਬਾਅਦ ਮੇਰੀ ਟ੍ਰਾਂਸਫਰ ਹੋ ਗਈ। ਮੈਂ ਪਬਲਿਸ਼ਿੰਗ ਡਾਇਰੈਕਟਰ ਬਣ ਕੇ ਰਾਂਚੀ ਚਲਾ ਗਿਆ, ਈਸਟ ਇੰਡੀਆ ਸੈਕਸ਼ਨ ਉਹਨੂੰ ਬੋਲਦੇ ਆ। ਉੱਥੇ ਮੈਂ 5 ਸਾਲ ਵਰਕ ਕੀਤਾ ਔਰ ਉਹਦੇ ਬਾਅਦ ਉਹਨਾਂ ਨੇ ਮੈਨੂੰ ਯੂਨੀਅਨ ਲੈਵਲ ਦਾ ਡਾਇਰੈਕਟਰ ਬਣਾ ਕੇ ਦਿੱਲੀ ਲਾ ਦਿੱਤਾ, ਜਿੱਥੇ 10-12 ਸਟੇਟ ਦਾ ਮੈਂ ਡਾਇਰੈਕਟਰ ਸੀ ਔਰ ਉੱਥੇ ਮੈਂ 6 ਸਾਲ ਕੰਮ ਕੀਤਾ ਔਰ ਖੁਦਾ ਨੇ ਮੇਰੇ ਤੋਂ ਅੱਛਾ ਕੰਮ ਲਿਆ। ਉੱਥੋਂ ਮੈਨੂੰ ਉਹਨਾਂ ਨੇ ਮਿਸ਼ਨਰੀ ਕਾਲ ਆਈ, ਆਸਟ੍ਰੇਲੀਆ ਡਿਵੀਜ਼ਨ ਦੇ ਅੰਡਰ ਫੀਜੀ ਐਰਲਾਈਨ ਆ, ਉੱਥੋਂ ਮੈਨੂੰ ਕਾਲ ਆਈ ਮਿਸ਼ਨਰੀ ਇੰਡੀਅਨ ਮਿਸ਼ਨਰੀ ਦੀ ਅਤੇ ਮੈਂ ਉਹ ਕਾਲ ਐਕਸੈਪਟ ਕੀਤੀ। ਉੱਥੇ ਮੈਂ 8 ਸਾਲ ਕੰਮ ਕੀਤਾ ਐਜ਼ ਏ ਮਿਸ਼ਨਰੀ ਔਰ 8 ਸਾਲਾਂ ਦੇ 7 ਚਰਚ ਐਸਟੈਬਲਿਸ਼ ਕੀਤੇ ਔਰ ਜਿਹਦੇ ਵਿੱਚੋਂ ਫਿਰ ਮੈਨੂੰ ਨੌਰਥ ਇੰਗਲੈਂਡ ਕਾਨਫਰੰਸ ਆ ਉਹਨਾਂ ਦੀ ਕਾਲ ਆ ਗਈ ਕਿ ਤੁਸੀਂ ਇੱਥੇ ਆ ਕੇ ਪਾਸਟਰ ਦਾ ਜੋਬ ਕਰੋ। ਅਤੇ 2004 ਦੇ ਵਿੱਚ ਮੈਂ ਇੱਥੇ UK ਆ ਗਿਆ ਔਰ ਤਦ ਤੋਂ ਲੈ ਕੇ ਹੁਣ ਤੱਕ ਮੈਂ ਚਰਚ ਮਿਨਿਸਟਰ ਹਾਂ, ਪਾਦਰੀ ਦਾ ਕੰਮ ਕਰਦਾ, ਆਈ ਐਮ ਦਾ ਡਿਸਟ੍ਰਿਕਟ ਪਾਸਟਰ, ਸੀਨੀਅਰ ਪਾਸਟਰ ਹਾਂ। ਵਾਓ, ਕਿੰਨੀ ਤੁਹਾਡਾ ਸਫ਼ਰ ਜਿਹੜਾ ਜ਼ਿੰਦਗੀ ਦਾ ਕਿੰਨਾ ਐਕਸਾਈਟਿੰਗ ਔਰ ਕਿੰਨਾ ਹਾਰਡ ਵੀ ਹੈਗਾ, ਟਰਬਲਸ ਵੀ ਆਈਆਂ ਜੀ ਬਹੁਤ ਸਾਰੀਆਂ। ਅੱਜ ਤੁਸੀਂ ਜਿੱਦਾਂ ਕਿੰਨੇ ਸਕਸੈਸਫੁਲੀ ਚਰਚ ਦੇ ਵਿੱਚ ਸੇਵਾ ਕਰਦੇ ਹੈਗੇ। ਪਾਸਟਰ ਜੀ, ਤੁਸੀਂ ਆਪਣੇ ਰੋਲ ਦੇ ਵਿੱਚ ਡੂ ਯੂ ਫਾਈਂਡ ਕਿ ਕਦੀ ਕਦੀ ਦੈਟ ਯੂਅਰ ਆ ਪੀਪਲ ਪਲੀਜ਼ਰ, ਵੀ ਸਾਰਿਆਂ ਦਾ ਦੇਖਣਾ ਪੈਂਦਾ ਹੈਗਾ ਆ ਵੀ ਇਹਨਾਂ ਨੂੰ ਸੱਟ ਨਾ ਲੱਗੇ, ਇਹਨਾਂ ਨੂੰ ਅੱਛੀ ਤਰ੍ਹਾਂ ਟ੍ਰੀਟ ਕਰਨਾ, ਯੂ ਨੋ ਡੂ ਯੂ ਫਾਈਂਡ ਦੈਟ ਇਨ ਯੂਅਰ ਜੋਬ? ਭਾਈ ਸਾਹਿਬ, ਜਿੱਦਾਂ ਇੱਕ ਸ਼ੈਪਰਡ ਦਾ ਕੰਮ ਆ ਭੇਡਾਂ ਦੀ ਰਾਖੀ ਕਰਨੀ, ਅਤੇ ਉਹਨਾਂ ਨੂੰ ਭੇਡਾਂ ਨੂੰ ਚੋਟ ਚਪੇਟ ਤੋਂ ਵੀ ਬਚਾਉਣਾ ਆ ਔਰ ਬਘਿਆੜ ਤੋਂ ਵੀ ਬਚਾਉਣਾ ਆ, ਸ਼ੇਰ ਤੋਂ ਵੀ ਬਚਾਉਣਾ। ਇਸੇ ਤਰ੍ਹਾਂ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਚਰਚਾਂ ਦੇ ਵਿੱਚ, ਜਿੰਨਾ ਕੰਮ ਸ਼ੈਤਾਨ ਚਰਚਾਂ ਦੇ ਵਿੱਚ ਕਰਦਾ ਆ ਉਹਨਾਂ ਕੰਮ ਦੁਨੀਆਂ ਵਿੱਚ ਨਹੀਂ ਕਰਦਾ, ਕਿਉਂਕਿ ਦੁਨੀਆਂ ਤਾਂ ਉਹਦੀ ਹੈ ਹੀ ਆ, ਪਰ ਚਰਚਸ ਦੇ ਵਿੱਚ ਕਾਫੀ
ਜਿਹੜੀਆਂ ਸਮੱਸਿਆਵਾਂ ਨੇ ਉਹ ਸ਼ੈਤਾਨ ਲਿਆਉਂਦਾ ਆ, ਧੜੇਬਾਜ਼ੀਆਂ, ਗਰੁੱਪਿਜ਼ਮ, ਠੀਕ ਆ ਜੀ, ਪਾਦਰੀ ਦੇ ਖਿਲਾਫ਼ ਬੋਲਣਾ, ਪਾਦਰੀ ਨੂੰ ਤੰਗ ਕਰਨਾ। ਲੇਕਿਨ ਪਾਦਰੀ ਦਾ ਉਹੀ ਕੰਮ ਆ ਜੋ ਯਸੂ ਮਸੀਹ ਦਾ ਕੰਮ ਸੀ। ਯਸੂ ਮਸੀਹ ਅਸਮਾਨ ਨੂੰ ਛੱਡ ਕੇ ਜ਼ਮੀਨ 'ਤੇ ਉਹਨਾਂ ਨੇ ਡੇਰਾ ਲਾਇਆ ਸਾਡੇ ਪਾਪੀ ਔਰ ਗੁਨਾਹਗਾਰਾਂ ਦੀ ਖਾਤਰ, ਤਾਂ ਕਿ ਅਸੀਂ ਬਚਾਏ ਜਾ ਸਕੀਏ, ਅਸੀਂ ਪਾਪਾਂ ਦੀ ਕੈਦ ਤੋਂ ਛੁੱਟ ਸਕੀਏ, ਅਸੀਂ ਜੋ ਗੁਨਾਹ ਦੀ ਦਲਦਲ ਦੇ ਵਿੱਚ ਫਸੇ ਹੋਏ ਹਾਂ ਉਹਦੇ 'ਚ ਬਾਹਰ ਕੱਢੀਏ, ਨਿਕਲ ਜਾਈਏ। ਕਿਉਂਕਿ ਯਸੂ ਮਸੀਹ ਦਾ ਜੋ ਮਿਸ਼ਨ ਆ, ਉਹ ਜੋ ਲੂਕਾ ਦੀ ਅੰਜੀਰ ਉਹਦਾ 19 ਉਹਦੀ 10 'ਚ ਇਹੋ ਹੀ ਲਿਖਿਆ ਹੋਇਆ ਕਿ ਉਹ ਖੋਏ ਹੋਇਆਂ ਨੂੰ ਲੱਭਣ ਅਤੇ ਉਹਨਾਂ ਦਾ ਉਧਾਰ ਕਰਨ ਲਈ, ਯਾਨੀ ਉਹਨਾਂ ਨੂੰ ਮੁਕਤੀ ਦੇਣ ਵਾਸਤੇ ਆਇਆ। ਅਤੇ ਇਹੋ ਹੀ ਕੰਮ ਜਿਹੜਾ ਆ ਉਹ ਪਾਦਰੀ ਸਾਹਿਬਾਨਾਂ ਦਾ ਆ, ਚਾਹੇ ਉਹ ਕਿਸੇ ਵੀ ਮਿਸ਼ਨ ਦੇ ਪਾਦਰੀ ਕਿਉਂ ਨਾ ਹੋਣ, ਉਹਨਾਂ ਦਾ ਕੋਈ ਵੀ ਕੰਪਨੀ ਕਿਉਂ ਨਾ ਹੋਵੇ, ਕਿਉਂਕਿ ਇਹ ਸਾਰੇ ਅਦਾਰੇ ਨੇ, ਇੱਕ ਇਹ ਜਿਹੜੀਆਂ ਮਿਸ਼ਨਾਂ ਨੇ ਇੱਕ ਕੰਪਨੀ ਆ, ਇੱਕ ਅਲੱਗ ਅਲੱਗ ਦਫ਼ਤਰ ਆ। ਲੇਕਿਨ ਸਾਰੇ ਅਸੀਂ ਕੰਮ ਜਿਹੜਾ ਆ ਉਹ ਪ੍ਰਭੂ ਯਸੂ ਮਸੀਹ ਲਈ ਕਰਦੇ ਹਾਂ, ਉਹਦੀ ਮਨਾਦੀ ਲਈ ਕਰਦੇ ਹਾਂ, ਉਹਦੀ ਖੁਸ਼ਖਬਰੀ ਜਿਹੜੀ ਆ ਲੋਕਾਂ ਵਾਸਤੇ ਪਹੁੰਚਾਉਂਦੇ ਹਾਂ। ਜਦੋਂ ਤੁਸੀਂ ਖੁਸ਼ਖਬਰੀ ਪਹੁੰਚਾਉਂਦੇ ਹਾਂ ਤਾਂ ਸ਼ੈਤਾਨ ਦੇ ਬੰਦੇ ਵੀ ਖੜ੍ਹੇ ਹੋ ਜਾਂਦੇ ਆ, ਤੁਹਾਡੇ ਰਾਹ ਦੇ ਵਿੱਚ ਰੋੜੇ ਵੀ ਅਟਕਾਉਂਦੇ ਆ, ਔਰ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਤਾਂ ਵੀ ਆਉਂਦੀਆਂ, ਤੁਹਾਨੂੰ ਥ੍ਰੈਟ ਵੀ ਕੀਤਾ ਜਾਂਦਾ ਆ, ਔਰ ਲੋਕ ਗਾਲੀਆਂ ਵੀ ਕੱਢਦੇ ਆ, ਔਰ ਲੋਕ ਤੁਹਾਡੀ ਬੇਇੱਜ਼ਤੀ ਵੀ ਕਰਦੇ ਆ। ਲੇਕਿਨ ਯਸੂ ਮਸੀਹ ਜੋ ਖੁਦ ਖੁਦਾ ਸੀ, ਉਹ ਜੋ ਇਨਸਾਨ ਬਣਿਆ ਇਸ ਦੁਨੀਆਂ ਦੇ ਵਿੱਚ ਆਇਆ ਔਰ ਨਜਾਤ ਦੇ ਕੰਮ ਨੂੰ ਪੂਰਾ ਕਰਨ ਵਾਸਤੇ ਆਇਆ, ਅਤੇ ਲੋਕਾਂ ਨੇ ਉਹਨੂੰ ਵੀ ਸਪੇਅਰ ਨਹੀਂ ਕੀਤਾ। ਜਦੋਂ ਅਸੀਂ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਤਾਂ ਅਸੀਂ ਇਸ ਗੱਲ ਦੇ ਵਿੱਚ ਤਸੱਲੀ ਪਾਉਂਦੇ ਹਾਂ ਕਿ ਜਦੋਂ ਲੋਕਾਂ ਨੇ ਯਸੂ ਮਸੀਹ ਨੂੰ ਨਹੀਂ ਛੱਡਿਆ, ਨਵੀਆਂ ਨੂੰ, ਉਸ ਤੋਂ ਪਹਿਲਾਂ ਨਵੀਆਂ ਨੂੰ ਨਹੀਂ ਛੱਡਿਆ, ਉਹਨਾਂ ਨੂੰ ਵੀ ਤੰਗ ਕੀਤਾ, ਅਸੀਂ ਕਿਹੜੀ ਬਾਗ ਦੀ ਮੋਲੀ ਆ। ਆਮੇਨ, ਆਮੇਨ। ਭਾਈ ਸਾਹਿਬ, ਤੁਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਬਹੁਤ ਹੀ ਅੱਛਾ ਬੋਲਦੇ ਹੈਗੇ ਆ, ਔਰ ਟਾਈਮ ਵੀ ਇੱਕਦਮ ਨੰਗਲੀ ਜਾਂਦਾ ਹੈਗਾ, ਤਾਂ ਮੈਂ ਚਾਹੁੰਦਾ ਹੈਗਾ ਕਿ ਜਿੰਨੇ ਵੀ ਆਪਣੇ ਭੈਣ ਭਰਾ ਰਲੇ ਹੋਏ ਹੈਗੇ ਅੱਜ, ਕਿ ਉਹਨਾਂ ਵਾਸਤੇ ਤੁਸੀਂ ਪਲੀਜ਼ ਜ਼ਰੂਰ ਕੋਈ ਨਾ ਕੋਈ ਮੈਸੇਜ ਸ਼ੇਅਰ ਕਰੋ, ਔਰ ਮੈਂ ਚਾਹੁੰਦਾ ਹੈਗਾ ਕਿ ਵੈਲ ਦੈਟ ਇਜ਼ ਅਸੀਂ ਮੈਂ ਅੱਜ ਦਾ ਜਿਹੜਾ ਮੈਸੇਜ ਆ ਉਹ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਅਸ਼ੋਰੈਂਸ ਆਫ ਸਾਲਵੇਸ਼ਨ। ਮੈਂ ਆਪਣਾ ਪੈਗਾਮ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਖੁਦਾਵੰਦ ਨੇ ਦੁਨੀਆ ਨੂੰ ਬਣਾਇਆ ਤਾਂ ਖੁਦਾਵੰਦ ਨੇ ਇਸ ਦੁਨੀਆ ਨੂੰ ਪਰਫੈਕਟ ਬਣਾਇਆ, ਕਿਉਂਕਿ ਗੋਡ ਇਜ਼ ਪਰਫੈਕਟ, ਗੋਡ ਇਜ਼ ਹੋਲੀ। ਤੋ ਖੁਦਾ ਨੇ ਇਸ ਦੁਨੀਆ ਨੂੰ ਵੀ ਪਾਕ ਬਣਾਇਆ, ਪਵਿੱਤਰ ਬਣਾਇਆ। ਤੋ ਜਦੋਂ ਆਦਮ ਔਰ ਹਵਾ ਦਾ ਜੋੜਾ ਬਣਾਇਆ ਆ ਖੁਦਾ ਨੇ, ਤੋ ਉਹ ਪਾਕ ਔਰ ਪਵਿੱਤਰ ਸਨ, ਔਰ ਉਹਨਾਂ ਉੱਤੇ ਖੁਦਾ ਦਾ ਜਲਾਲ ਸੀ, ਨੂਰ ਸੀ, ਔਰ ਖੁਦਾ ਦੇ ਨਾਲ ਉਹ ਗੱਲਾਂ ਕਰਦੇ ਸੀ ਔਰ ਪਰਮੇਸ਼ਵਰ ਉਹਨਾਂ ਨਾਲ ਗੱਲਾਂ ਕਰ। ਪਰ ਪਰਮੇਸ਼ਵਰ ਨੇ ਉਹਨਾਂ ਵਾਸਤੇ ਇੱਕ ਸ਼ਰਤ ਰੱਖੀ ਸੀ, ਉਹਨਾਂ ਨੂੰ ਜਿਹੜਾ ਬਾਗੇ ਅਦਨ ਸੀ ਉਹਦੇ ਵਿੱਚ ਜਦੋਂ ਰੱਖਿਆ ਗਿਆ ਤਾਂ ਉਹਨੂੰ ਕਿਹਾ ਕਿ ਜਿਹੜਾ ਬਾਗ ਦੇ ਵਿਚਕਾਰ ਦਾ ਦਰਖਤ ਆ ਤੁਸੀਂ ਉਹਦਾ ਫਲ ਨਹੀਂ ਖਾਣਾ, ਅਤੇ ਅਗਰ ਤੁਸੀਂ ਫਲ ਖਾਓਗੇ ਤਾਂ ਮਰ ਜਾਓਗੇ। ਅਤੇ ਇਹ ਇੰਸਟਰਕਸ਼ਨ ਸੀ, ਇਹ ਇੱਕ ਉਹਨਾਂ ਦਾ ਟੈਸਟ ਸੀ। ਲੇਕਿਨ ਜਦੋਂ ਅਸੀਂ ਜੈਨਸਿਸ ਦੀ ਪੁਸਤਕ ਪੜ੍ਹਦੇ ਹਾਂ ਤਾਂ 3 'ਤੇ ਜਾਂਦੇ ਹਾਂ, ਅਤੇ ਪਹਿਲੇ 2 ਜਿਹੜੇ ਆ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਦੁਨੀਆ ਬਣੀ ਕਿਵੇਂ। 3 ਚੈਪਟਰ ਜਦੋਂ ਜਾਂਦੇ ਹਾਂ ਕਿ ਇਨਸਾਨ ਦਾ ਡਾਊਨਫਾਲ ਕਿਵੇਂ ਹੋ ਗਿਆ, ਇਨਸਾਨ ਗੁਨਾਹ ਦੇ ਵਿੱਚ ਕਿਵੇਂ ਗਿਰ ਗਿਆ, ਖੁਦਾ ਤੋਂ ਕਿਵੇਂ ਦੂਰ ਹੋ ਗਿਆ, ਔਰ ਇਨਸਾਨ ਖੁਦਾ ਦਾ ਕਿਵੇਂ ਦੁਸ਼ਮਣ ਬਣ ਗਿਆ। ਤੋ ਇਹ ਜਿਹੜੀ ਚੀਜ਼ ਅਸੀਂ ਦੇਖਦੇ ਹਾਂ, ਅਤੇ ਸ਼ੈਤਾਨ ਜਿਹੜਾ ਉਹ ਸੱਪ ਦੇ ਰੂਪ ਦੇ ਵਿੱਚ ਜਦੋਂ ਅੰਮਾ ਹਵਾ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਸਨੇ ਬੜੀ ਕਨੰਗ ਵੇ ਦੇ ਨਾਲ ਪੁੱਛਿਆ ਕਿ ਕੀ ਖੁਦਾ ਨੇ ਤੁਹਾਨੂੰ ਬਾਗ ਦਾ ਕੋਈ ਵੀ ਫਲ, ਕਿਸੇ ਵੀ ਪੇੜ ਦਾ ਫਲ ਤੁਸੀਂ ਨਹੀਂ ਖਾ ਸਕਦੇ? ਅੰਮਾ ਹਵਾ ਨੇ ਕਿਹਾ ਨੋ 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 ਨੋ, ਅਸੀਂ ਸਾਰੇ ਫਲ ਖਾ ਸਕਦੇ, ਭਲ ਜਿਹੜਾ ਵਿੱਚ ਵਾਲਾ ਦਰਖਤ ਆ ਉਹਦਾ ਫਲ ਨਹੀਂ ਖਾ ਸਕਦੇ, ਅਗਰ ਅਸੀਂ ਖਾਵਾਂਗੇ ਤਾਂ ਮਰ ਜਾਵਾਂਗੇ। ਅਤੇ ਸ਼ੈਤਾਨ ਨੇ ਕਿਹਾ ਤੁਸੀਂ ਹਰਗਿਜ਼ ਨਹੀਂ ਮਰੋਗੇ। ਸਭ ਤੋਂ ਪਹਿਲਾ ਝੂਠ ਸ਼ੈਤਾਨ ਨੇ ਇਸ ਦੁਨੀਆ 'ਤੇ ਬੋਲਿਆ, ਇਸ ਲਈ ਇਸ ਨੂੰ ਝੂਠ ਦਾ ਪਿਤਾ ਵੀ ਆਖਿਆ ਜਾਂਦਾ। ਜੀ ਜੀ। ਐਂਡ ਫਿਰ ਅਸੀਂ ਇੱਥੇ ਦੇਖਦੇ ਹਾਂ ਉਹਨੇ ਕਿਹਾ ਤੁਸੀਂ ਹਰ ਗਿਜ ਨਹੀਂ ਮਰੋਗੇ, ਬਲਕਿ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਔਰ ਤੁਹਾਨੂੰ ਭਲੇ ਅਤੇ ਬੁਰੇ ਦੀ ਪਹਿਚਾਣ ਹੋ ਜਾਏਗੀ ਔਰ ਤੁਸੀਂ ਖੁਦਾ ਦੇ ਬਰਾਬਰ ਹੋ ਜਾਓਗੇ। ਅਤੇ ਖੁਦਾ ਨੇ ਤਾਂ ਪਹਿਲਾਂ ਉਹਨਾਂ ਨੂੰ ਬਰਾਬਰ ਬਣਾਇਆ, ਲੇਕਿਨ ਸ਼ੈਤਾਨ ਨੇ ਅੰਮਾ ਹਵਾ ਦੇ ਦਿਮਾਗ ਦੇ ਵਿੱਚ ਸ਼ੱਕ ਪੈਦਾ ਕਰ ਦਿੱਤਾ। ਉਹ ਸ਼ੱਕ ਜਿਹੜਾ ਹੈ ਉਹ ਗੁਨਾਹ ਦੀ ਜੜ ਹੈ, ਔਰ ਇਸ ਲਈ ਇਨਸਾਨ ਦਾ ਡਾਊਨਫਾਲ ਹੋਇਆ। ਅਸੀਂ ਇਸ ਕਹਾਣੀ ਨੂੰ ਜਾਣਦੇ ਕਿ ਉਹਨਾਂ ਨੇ ਫਲ ਖਾ ਲਿਆ ਔਰ ਉਸਨੇ ਫਲ ਆਪਣੇ ਪਤੀ ਨੂੰ ਦਿੱਤਾ, ਜੋ ਦੋਨਾਂ ਨੇ ਖਾਧਾ, ਉਹਨਾਂ ਨੇ ਨੰਗੇ ਮਹਿਸੂਸ ਕੀਤਾ, ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਔਰ ਜਦੋਂ ਇਹ ਸਭ ਚੀਜ਼ਾਂ ਉਹਨਾਂ ਦੇ ਉੱਤੇ ਵਾਪਰੀਆਂ
ਤਾਂ ਫਿਰ ਇੱਕ ਦੂਜੇ ਤੋਂ ਸ਼ਰਮਾਉਣ ਵੀ ਲੱਗੇ ਅਤੇ ਝਾੜੀਆਂ ਵਾਲੇ ਲੁੱਕ ਵੀ ਗਏ। ਔਰ ਤੁਹਾਨੂੰ ਪਤਾ ਖੁਦਾਵੰਦ ਸ਼ਾਮ ਦੇ ਵੇਲੇ ਸਵੇਰ ਦੇ ਵੇਲੇ ਉਹਨਾਂ ਨਾਲ ਗੱਲਬਾਤ ਕਰਦਾ ਅਤੇ ਉਹਨੂੰ ਕਹਿੰਦਾ ਐ ਆਦਮ ਤੂੰ ਕਿੱਥੇ ਆ, ਐ ਆਦਮ ਤੂੰ ਕਿੱਥੇ ਆ। ਅਤੇ ਆਦਮ ਬੋਲਿਆ ਕਿ ਮੈਂ ਝਾੜੀਆਂ ਦੇ ਉਹਲੇ ਹਾਂ। ਕਹਿੰਦਾ ਕੀ ਕਰਦਾ ਉੱਥੇ, ਕਿਤੇ ਉਹ ਫਲ ਤਾਂ ਨਹੀਂ ਖਾ ਲਿਆ? ਉਹ ਕਹਿੰਦਾ ਮੈਂ ਨਹੀਂ ਖਾਧਾ, ਉਹ ਜੋ ਤੂੰ ਔਰਤ ਮੈਨੂੰ ਦਿੱਤੀ ਉਹਨੇ ਖਾਇਆ। ਔਰਤ ਨੂੰ ਪੁੱਛਿਆ ਤੂੰ ਕੀ ਕੀਤਾ, ਕਹਿੰਦੀ ਸੱਪ ਨੇ ਭਰਪਾਇਆ ਤਾਂ ਮੈਂ ਖਾਇਆ। ਅਸੀਂ ਇਹ ਗੱਲ ਜਾਣਦੇ ਹਾਂ ਕਿ ਖੁਦਾਵੰਦ ਨੇ ਉਹਨਾਂ ਉੱਤੇ ਜੱਜਮੈਂਟ ਜਿਹੜੀ ਆ ਪ੍ਰਨਾਉਂਸ ਕੀਤੀ ਆ, ਔਰ ਉਸਨੇ ਇਹ ਗੱਲ ਕਹੀ ਸੀਗੀ। ਇਹ ਗੱਲ ਜਿਹੜੀ ਆ ਅਸੀਂ ਹੁਣ ਦੇਖਦੇ ਹਾਂ ਕਿ ਜਿਹੜੀ ਨਜਾਤ ਦੀ ਤਜਵੀਜ਼ ਆ ਉਹਨੂੰ ਇਸ਼ਕਾਰਾ ਜਿਹੜਾ ਆ ਉਹ ਜੈਨਸਿਸ ਦੀ ਪੁਸਤਕ 3 ਬਾਪ ਉਹਦੀ 15 ਆਇਤ ਦੇ ਵਿੱਚ ਜ਼ਾਹਰ ਕਰ ਦਿੱਤੀ ਹੈ। ਪਲੈਨ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਸੀ ਮੁਕਤੀ ਦੀ, ਕਿ ਅਗਰ ਇਨਸਾਨ ਗਿਰ ਜਾਏਗਾ ਉਹਨੂੰ ਕੌਣ ਕੱਢੇਗਾ, ਜਿਹਦੇ ਲਈ ਯਸੂ ਮਸੀਹ ਨੇ ਕਿਹਾ ਸੀ ਕਿ ਮੈਂ ਜਾਵਾਂਗਾ। ਇਸ ਲਈ ਯਸੂ ਮਸੀਹ ਇਸ ਦੁਨੀਆ ਦੇ ਵਿੱਚ ਇਨਸਾਨੀ ਜਾਮਾ ਪਹਿਨ ਕੇ ਆਏ ਨੇ। ਔਰ ਅਸੀਂ ਇੱਥੇ ਦੇਖਦੇ ਹਾਂ ਕਿ ਇਨਸਾਨ ਗੁਨਾਹਗਾਰ ਹੋਣ ਦੇ ਕਾਰਨ ਖੁਦਾ ਦਾ ਦੁਸ਼ਮਣ ਬਣ ਗਿਆ ਔਰ ਖੁਦਾ ਤੋਂ ਦੂਰ ਹੋ ਗਿਆ। ਲੇਕਿਨ ਖੁਦਾ ਨੂੰ ਬੜਾ ਪਿਆਰ ਸੀ, ਖੁਦਾ ਨੇ ਆਪਣੇ ਹੱਥਾਂ ਦੀ ਕਾਰਾਗਰੀ ਨਾਲ ਇਨਸਾਨ ਨੂੰ ਬਣਾਇਆ ਸੀ। ਇਸ ਲਈ ਉਸਨੇ ਆਪਣੇ ਨਬੀਆਂ ਦੇ ਮਾਰਫਤ ਉਹਦੇ ਨਾਲ ਗੱਲਬਾਤ ਕੀਤੀ ਔਰ ਫਿਰ ਆਖਰੀ ਜ਼ਮਾਨੇ ਦੇ ਵਿੱਚ ਉਸਨੇ ਆਪਣੇ ਬੇਟੇ ਯਸੂ ਨੂੰ ਭੇਜ ਕੇ ਔਰ ਮੁਕਤੀ ਦੇ ਕੰਮ ਨੂੰ ਪੂਰਾ ਕੀਤਾ। ਤੋ ਅਸੀਂ ਇੱਥੇ ਦੇਖਦੇ ਹਾਂ ਕਿ ਯਸੂ ਮਸੀਹ ਜਿਹੜਾ ਆ ਉਹ ਤਾਰਨਹਾਰ ਆ, ਪਾਲਣਹਾਰ ਆ, ਸਿਰਜਣਹਾਰ ਆ ਔਰ ਸਾਡਾ ਨਜਾਤ ਦਿੰਦਾ ਹੈ। ਅਤੇ ਇਹ ਤਾਂ ਇੱਕ ਮਾੜੀ ਜਿਹੀ ਇੰਟਰੋਡਕਸ਼ਨ ਹੈ ਜੋ ਮੇਰਾ ਅੱਜ ਦਾ ਤੁਹਾਡੇ ਨਾਲ ਜਿਹੜਾ ਸੀ। ਅਤੇ ਮੈਂ ਇਹ ਦੇਖਣਾ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਅਸੀਂ ਯਸੂ 'ਤੇ ਇਮਾਨ ਲਿਆ ਚੁੱਕੇ ਹਾਂ ਉਹਨਾਂ ਵਾਸਤੇ ਅੱਜ ਮੈਂ ਇਹ ਗੱਲ ਕਰਨੀ ਹਾਂ ਕਿ ਅਸ਼ੋਰੈਂਸ ਆਫ ਸਾਲਵੇਸ਼ਨ, ਜਿਹੜੀ ਕਿ ਜਿਹੜੀ ਸਾਡੀ ਨਜਾਤ ਆ ਉਹਦਾ ਸਾਨੂੰ ਪੱਕਾ ਭਰੋਸਾ, ਕਿਉਂਕਿ ਯਸੂ ਨੇ ਸਾਡੇ ਸਭ ਦੇ ਲਈ ਜਾਨ ਦਿੱਤੀ ਆ। ਅਤੇ ਇਸ ਲਈ ਯਸੂ ਮਸੀਹ ਦਾ ਸਾਡੇ ਨਾਲ ਵਾਅਦਾ ਆ ਔਰ 10 ਬਾਪ ਤੋਂ ਉਹਦੀ 28 ਔਰ 29 ਆਇਤ ਲਿਖਿਆ, ਯਸੂ ਕਹਿੰਦਾ ਕਿ ਮੈਂ ਉਹਨਾਂ ਨੂੰ ਸਦੀਪਕ ਜਿਉਣ ਦਿੰਦਾ ਹਾਂ ਅਤੇ ਉਹਨਾਂ ਦਾ ਸਦੀਪਕ ਕਾਲ ਤੱਕ ਕਦੇ ਨਾਸ਼ ਨਾ ਹੋਵੇਗਾ, ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ। ਮੇਰਾ ਪਿਤਾ ਜਿਸਨੇ ਮੈਨੂੰ ਉਹ ਦਿੱਤੀਆਂ ਹਨ ਸਭ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਹਨਾਂ ਨੂੰ ਖੋਹ ਨਹੀਂ ਸਕਦਾ। ਤੋ ਸਾਡਾ ਖੁਦਾਵੰਦ ਜਿਸ ਦੀ ਅਸੀਂ ਬੰਦਗੀ ਕਰਦੇ ਹਾਂ ਉਹਦੇ ਜ਼ਬਰਦਸਤ ਹੱਥ ਨੇ, ਉਹ ਸ਼ਕਤੀਸ਼ਾਲੀ ਆ, ਉਹਦੇ ਵਿੱਚ ਕੁਵਤ ਪਾਈ ਜਾਂਦੀ ਆ। ਔਰ ਇਸ ਲਈ ਜਦੋਂ ਅਸੀਂ ਉਹਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਜਦੋਂ ਅਸੀਂ ਯਸੂ ਮਸੀਹ 'ਤੇ ਇਮਾਨ ਰੱਖਦੇ ਹਾਂ ਤਾਂ ਸਾਨੂੰ ਖੁਦਾਵੰਦ ਦੇ ਹੱਥਾਂ 'ਚੋਂ ਸ਼ੈਤਾਨ ਖੋਹ ਨਹੀਂ ਸਕਦਾ, ਕਿਉਂਕਿ ਸ਼ੈਤਾਨ ਇੱਕ ਹਾਰਿਆ ਹੋਇਆ ਹੈ ਔਰ ਸ਼ੈਤਾਨ ਦੇ ਉੱਤੇ ਯਸੂ ਨੇ ਜਿੱਤ ਪਾਈ ਹੋਈ ਆ। ਸ਼ੈਤਾਨ ਅਸਮਾਨ 'ਤੇ ਵੀ ਹਾਰਿਆ, ਸ਼ੈਤਾਨ ਜ਼ਮੀਨ 'ਤੇ ਵੀ ਹਾਰਿਆ। ਤਾਂ ਅਸੀਂ ਇਸ ਗੱਲ ਦੇ ਲਈ ਮੈਂ ਪੁਸ਼ਟੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਇਹ ਗੱਲਾਂ ਪੜ੍ਹੀਆਂ ਨੇ ਤਾਂ ਅਸ਼ੋਰੈਂਸ ਆਫ ਸਾਲਵੇਸ਼ਨ ਇਜ਼ ਨੈਸੈਸਰੀ ਇਫ ਬਲੀਵਰ ਇਜ਼ ਟੂ ਹੈਲਪ ਅਦਰ ਸਪਿਰਚੁਅਲੀ। ਤੋ ਡੈਨੀ ਸਾਹਿਬ, ਅਗਰ ਵਿਸ਼ਵਾਸੀ ਨੂੰ ਆਤਮਕ ਰੂਪ ਦੇ ਨਾਲ ਦੂਸਰਿਆਂ ਦੀ ਸਹਾਇਤਾ ਕਰਨੀ ਹੈ ਤਾਂ ਉਹ ਮੁਕਤੀ ਦਾ ਭਰੋਸਾ ਹੋਣਾ ਉਹਨੂੰ ਜ਼ਰੂਰੀ ਹੈ, ਕਿਉਂਕਿ ਮੁਕਤੀ ਕਿਸੇ ਹੋਰ ਦੂਏ ਤੋਂ ਨਹੀਂ ਹੈ। ਬੁੱਕ ਆਫ ਐਕਟਸ ਔਰ ਚੈਪਟਰ 4:12 ਦੇ ਵਿੱਚ ਲਿਖਿਆ ਹੈ ਕਿ ਅਸਮਾਨ ਔਰ ਜ਼ਮੀਨ, ਅਸਮਾਨ ਦੇ ਥੱਲੇ ਜ਼ਮੀਨ ਦੇ ਉੱਤੇ ਕੋਈ ਹੋਰ ਨਾਮ ਬਖਸ਼ਾ ਹੀ ਨਹੀਂ ਗਿਆ ਜਿਸ ਦੇ ਵਸੀਲੇ ਦੇ ਨਾਲ ਅਸੀਂ ਨਜਾਤ ਪਾ ਸਕੀਏ। ਤੋ ਨਜਾਤ ਜਿਹੜੀ ਹੈ ਸਿਰਫ ਯਸੂ ਦੇ ਕੋਲੋਂ ਹੈ। ਇਨ ਦਾ ਚਰਚ ਸਮ ਥਿੰਕ ਦੇ ਆਰ ਕ੍ਰਿਸਚਨ, ਮੋਸਟ ਆਫ ਦੈਮ ਹੋਪ ਸੋ, ਸਮ ਸੇ ਸੋ ਐਂਡ ਫਿਊ ਨੋ ਦੈਟ ਦੇ ਆਰ ਸੇਵਡ। ਸੋ ਇਸ ਲਈ ਕਲੀਸੀਆ ਵਿੱਚ ਕੁਝ ਲੋਕ ਸੋਚਦੇ ਹਨ ਕਿ ਉਹ ਮਸੀਹੀ ਹਨ, ਉਹਨਾਂ ਵਿੱਚੋਂ ਜ਼ਿਆਦਾਤਰ ਐਸੇ ਹੀ ਉਮੀਦ ਰੱਖਦੇ ਹਨ, ਕੁਛ ਐਸਾ ਹੀ ਕਹਿੰਦੇ ਹਨ ਅਤੇ ਕੁਝ ਜਾਣਦੇ ਹਨ ਕਿ ਉਹ ਮੁਕਤੀ ਪ੍ਰਾਪਤ ਕਰ ਚੁੱਕੇ ਹਨ। ਅਤੇ ਮੁਕਤੀ ਜਿਹੜੀ ਆ ਉਹ ਯਸੂ ਤੋਂ ਮਿਲਦੀ ਹੈ, ਹਾਂਜੀ। ਤਾਂ ਯਸੂ ਦੇ ਸਵਾ ਅਸੀਂ ਮੁਕਤੀ ਲੈ ਨਹੀਂ ਸਕਦੇ, ਕਿਉਂਕਿ ਯੂਹੰਨਾ ਦੀ ਅੰਜੀਲ ਉਹਦਾ 1 ਬਾਪ ਉਹਦੀ 12 ਐਚ 'ਚ ਲਿਖਿਆ ਹੈ, ਦੋ ਜੂ ਰਿਸੀਵ ਹਿਮ ਐਂਡ ਹੀ ਗਿਵ ਦਾ ਅਥੋਰਿਟੀ ਟੂ ਦੈਮ
ਟੂ ਬਿਕਮ ਸਨਸ ਐਂਡ ਡਾਟਰ ਆਫ ਗਾਡ ਆਮੇਨ ਤੋ ਅਸੀਂ ਇੱਥੇ ਦੇਖਦੇ ਹਾਂ ਸਾਡਾ ਵਿਸ਼ਵਾਸ ਹੀ ਇਕੱਲਾ ਕਾਫੀ ਨਹੀਂ ਯੱਸੂ ਨੂੰ ਆਪਣੇ ਜੀਵਨ ਵਿੱਚ ਪਹਿਨਣਾ ਬਹੁਤ ਜ਼ਰੂਰੀ ਹੈ ਅਤੇ ਆਓ ਅੱਜ ਅਸੀਂ ਯੱਸੂ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਈਏ ਔਰ ਆਪਣਾ ਇਮਾਨ ਉਹਦੇ ਉੱਤੇ ਰੱਖੀਏ ਅਤੇ ਜਿਹੜੇ ਉਹਦੇ ਇਮਾਨ ਦੇ ਵਿੱਚ ਮਰ ਵੀ ਜਾਣਗੇ ਉਹ ਫਿਰ ਜੀਣਗੇ ਇਹ ਸਾਡੀ ਬਲੈਸਡ ਹੋਪ ਆ ਆਓ ਯੱਸੂ ਦੇ ਉੱਤੇ ਮੁਕੰਮਲ ਭਰੋਸਾ ਰੱਖਦੇ ਹੋਏ ਆਪਣਾ ਜੀਵਨ ਜਿਹੜਾ ਅੱਗੇ ਚਲਾਈਏ ਔਰ ਦੂਸਰਿਆਂ ਦੇ ਅਗਵਾਈ ਦਾ ਕਾਰਨ ਬਣੀਏ ਔਰ ਦੂਸਰਿਆਂ ਨੂੰ ਵੀ ਯੱਸੂ ਦੀ ਨਜ਼ਦੀਕੀ ਚ ਲਿਆ ਆਮੇਨ ਪਾਦਰੀ ਸਾਹਿਬ ਬਹੁਤ ਹੀ ਅੱਛਾ ਥੈਂਕ ਯੂ ਸੋ ਮੱਚ ਇਹ ਮੈਂ ਤੁਹਾਨੂੰ ਦਾਵਤ ਦੇ ਰਿਹਾ ਹੈਗਾ ਕਿ ਆਪਾਂ ਇੱਕ ਹੋਰ ਪ੍ਰੋਗਰਾਮ ਕਰਾਂਗੇ ਔਰ ਆਪਾਂ ਕੰਟੀਨਿਊ ਕਰਾਂਗੇ ਔਰ ਮੈਂ ਚਾਹੁੰਦਾ ਆਖਿਰ ਦੇ ਵਿੱਚ ਛੋਟੀ ਜਿਹੀ ਦੁਆ ਕਰੋ ਜਿੰਨੇ ਵੀ ਹੈਗੇ ਸੁਣ ਰਹੇ ਹੈਗੇ ਉਹਨਾਂ ਉੱਤੇ ਇਹ ਬਰਕਤ ਉਹਨਾਂ ਦੀ ਤਮਾਮ ਸੁਣਨ ਵਾਲਿਆਂ ਨੂੰ ਸਾਡਾ ਸਭ ਦਾ ਪ੍ਰੇਮ ਭਰਿਆ ਸਲਾਮ ਜੈ ਮਸੀਹ ਦੀ ਔਰ ਆਈ ਅਸੀਂ ਪ੍ਰਾਰਥਨਾ ਕਰੀਏ ਸਰਵ ਸ਼ਕਤੀਮਾਨ ਦਿਆਲੂ ਪਰਮੇਸ਼ਵਰ ਜਿੰਨੇ ਵੀ ਅੱਜ ਦਰਸ਼ਕ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਦੇਖਿਆ ਆ ਸੁਣਿਆ ਆ ਤੇਰੇ ਕਲਾਮ ਦੀਆਂ ਗੱਲਾਂ ਨੂੰ ਪੜ੍ਹਿਆ ਆ ਔਰ ਸੁਣਿਆ ਆ ਉਹਨਾਂ ਉੱਤੇ ਗੌਰ ਕਰਨ ਤਾਂ ਕਿ ਪਿਤਾ ਪਰਮੇਸ਼ਵਰ ਉਹ ਆਪਣੇ ਜੀਵਨ ਤੇਰੇ ਬੇਟੇ ਪ੍ਰਭੂ ਯੱਸੂ ਨੂੰ ਦੇਣ ਜੋ ਯੱਸੂ 'ਤੇ ਇਮਾਨ ਰੱਖਦੇ ਨੇ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਹੋਏਗੀ ਬਲਕਿ ਹਮੇਸ਼ਾ ਦਾ ਜੀਵਨ ਉਹਨਾਂ ਦਾ ਹੈ ਔਰ ਪਿਤਾ ਪਰਮੇਸ਼ਵਰ ਮੇਰੀ ਦੁਆ ਹੈ ਕਿ ਜਿੰਨਿਆਂ ਨੇ ਵੀ ਅੱਜ ਦੇ ਕਲਾਮ ਨੂੰ ਸੁਣਿਆ ਆ ਉਹਨਾਂ ਨੂੰ ਬੜੀ ਬਰਕਤ ਦੇ ਉਹਨਾਂ ਦੇ ਘਰਾਂ ਉੱਤੇ ਬਰਕਤ ਰਹੇ ਉਹਨਾਂ ਦੇ ਬੱਚਿਆਂ ਉੱਤੇ ਬਰਕਤ ਰਹੇ ਉਹਨਾਂ ਦੇ ਕੰਮਾਂ ਉੱਤੇ ਬਰਕਤ ਰਹੇ ਕਿਉਂਕਿ ਸਾਰੀਆਂ ਬਰਕਤਾਂ ਆਪਣੇ ਮੁਕਤੀਦਾਤਾ ਪ੍ਰਭੂ ਯੱਸੂ ਦਾ ਨਾਂ ਲੈ ਕੇ ਮੰਗਦੇ ਹਾਂ ਆਮੀਨ ਆਮੀਨ ਬਸ ਸਭ ਥੈਂਕ ਯੂ ਥੈਂਕ ਯੂ ਜੀ ਗੋਡ ਬਲੈਸ ਯੂ ਗੋਡ ਬਲੈਸ ਯੂ ਥੈਂਕ ਯੂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਖੁਦਾ ਦੇ ਖਾਦਮ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੈਗੇ ਭਾਜੀ ਸਾਹਿਬ ਬਹੁਤ ਅੱਛੇ ਇਨਸਾਨ ਹੈ ਔਰ ਹਮੇਸ਼ਾ ਖੁਦਾ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਆ ਖੁਦਾਵੰਦ ਇਸ ਤਰ੍ਹਾਂ ਹੀ ਇਹਨਾਂ ਨੂੰ ਰੱਖੇ ਔਰ ਇੱਦਾਂ ਹੀ ਲੰਬੀ ਲੰਬੀ ਉਮਰ ਦੇਵੇ ਦੈਟਸ ਆਲ ਆਈ ਹੈਵ ਟਾਈਮ ਫੋਰ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਫੋਰ ਜੁਆਇਨਿੰਗ ਮੀ ਅੰਟਿਲ ਨੈਕਸਟ ਟਾਈਮ ਜੈ ਮਸੀਹੀ ਯਾਦ ਰੱਖਣਾ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣਾ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਦੂਸਰਿਆਂ ਨੂੰ ਵੀ ਦੱਸਣਾ ਅਗਲੇ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ ਦੇਖਦੇ ਰਹੋ ਔਰ ਬਰਕਤ ਪਾਓ ਜੈ ਮਸੀਹੀ